ਸਤਿ ਸ਼੍ਰੀ ਅਕਾਲ, ਨਮਸਕਾਰ, ਵੈਲਕਮ ਟੂ ਪੰਜਾਬ ਅੱਡਾ 247 ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਚਲੋ ਅੱਜ ਦੀ ਕਲਾਸ ਨੂੰ ਸ਼ੁਰੂ ਕਰਦੇ ਹਾਂ। ਔਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ, ਬੈਚ ਜਿਹੜੇ ਆਪਣੇ ਜਿਹੜੇ ਚਾਲੂ ਹੋ ਗਏ ਆ, ਸ਼ੁਰੂ ਹੋ ਗਏ ਆ, ਠੀਕ ਹੈ। ਸ਼ੁਰੂ ਹੋ ਗਏ ਦਾ ਮਤਲਬ ਕੀ ਹੈ ਕਿ ਬਸ ਆਹ 11 ਤਰੀਕ ਹੈ, 15 ਨੂੰ ਕਲਾਸਾਂ ਸਟਾਰਟ ਆ, ਉਹ ਹੈਗਾ PSPCS। ਤਾਂ ਅੱਜ ਆਪਾਂ ਕਰਾਂਗੇ ਪੰਜਾਬ ਦੀਆਂ ਸਰਕਾਰ ਦੀਆਂ ਸਕੀਮਾਂ ਕਿਹੜੀਆਂ ਕਿਹੜੀਆਂ ਸਕੀਮਾਂ ਨੇ, ਉਹਦੇ 'ਤੇ ਮੈਂ MCQ ਬਣਾਏ ਆ। ਇੱਕ ਤਾਂ MCQ ਡਿਸਕਸ ਕਰਾਂਗੇ, ਦੂਸਰੀ ਗੱਲ ਕਿ ਤਿਆਰੀ ਲਈ ਆਪਾਂ ਨੇ ਨਾ ਕੀ ਕਰਨਾ ਹੁੰਦਾ ਕਿ ਆਪਾਂ ਨੂੰ ਇੱਕ ਨਾ ਆਪਣਾ ਪੈਟਰਨ ਜਿਹੜਾ ਡੇਲੀ ਰੂਟੀਨ ਆਪਣੀ ਸੈੱਟ ਕਰਨੀ ਪੈਂਦੀ ਹੈ ਕਿ ਇਸ ਤਰ੍ਹਾਂ ਤਿਆਰੀ ਕਰਨੀ ਆ। ਆਪਣੇ ਆਪ ਨੂੰ ਪਹਿਚਾਨੋ, ਆਪਣੀਆਂ ਜਿਹੜੇ ਨੈਗੇਟਿਵ ਪੁਆਇੰਟਸ ਆ ਜਿਹੜੇ ਉਹਨਾਂ ਨੂੰ ਪਹਿਚਾਨੋ, ਅਤੇ ਉਹ ਜਿਹੜੀ ਪੁਆਇੰਟਸ ਜਿਹਦੇ ਕਰਕੇ ਤੁਹਾਡੀ ਸਿਲੈਕਸ਼ਨ ਰੁਕ ਰਹੀ ਆ ਜਾਂ ਤੁਹਾਡੀ ਤਿਆਰੀ ਨਹੀਂ ਹੋ ਰਹੀ, ਉਹ ਗੱਲਾਂ ਜਿਹੜੀਆਂ ਕਿ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਪਿੱਛੇ ਲੈ ਕੇ ਜਾ ਰਹੀ ਆ, ਉਹ ਗੱਲਾਂ ਛੱਡ ਦਿਓ। ਉਹ ਗੱਲਾਂ ਛੱਡ ਦਿਓ ਜਿਹੜੀਆਂ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਪਿੱਛੇ ਲੈ ਕੇ ਜਾ ਰਹੀ ਆ, ਕਲੀਅਰ। ਅਤੇ ਪੰਜਾਬ ਰਾਜ ਦੀਆਂ ਸਕੀਮਾਂ ਕਿਹੜੀਆਂ ਕਿਹੜੀਆਂ ਨੇ, ਇੱਥੇ MCQs ਕਿਹੜੇ ਕਿਹੜੇ ਨੇ, ਉਹਨਾਂ ਨੂੰ ਡਿਸਕਸ ਕਰਾਂਗੇ। ਤੋਂ ਪਹਿਲਾਂ ਜਲਦੀ ਜਲਦੀ ਸੈਸ਼ਨ ਨੂੰ ਲਾਈਕ ਸ਼ੇਅਰ ਅਤੇ ਜਲਦੀ ਜਲਦੀ ਸ਼ੇਅਰ ਕਰੋ ਸਾਰਿਆਂ ਨੂੰ ਪਹਿਲਾਂ। ਫਸਟ ਆਫ ਆਲ ਸ਼ੇਅਰ ਦਾ ਸੈਸ਼ਨ, ਮੈਂ ਤੁਹਾਨੂੰ ਕਿਹਾ ਸੀ ਮੈਂ ਹੁਣੀ ਆ ਰਿਹਾ 5 ਮਿੰਟਾਂ ਦੇ ਵਿੱਚ ਹੀ। ਗੁੱਡ ਮੋਰਨਿੰਗ ਪ੍ਰਿਯੰਕਾ ਸ਼ਰਮਾ, ਗੁੱਡ ਮੋਰਨਿੰਗ ਮੁਖਤਿਆਰ ਸਿੰਘ, ਨੇਹਾ ਭਗਤ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਜਲਦੀ ਚਲੀ ਸਟਾਰਟ ਕਰ ਲਈਏ ਫਿਰ। PSPCL ਦਾ ਬੈਚ ਹੈ ਜਿਹੜਾ, ਉਹ ਤੁਸੀਂ ਲੈ ਸਕਦੇ ਹੋ, ਕੋਡ ਮੈਂ ਤੁਹਾਨੂੰ ਦੱਸਿਆ Y354 ਲਗਾ ਕੇ। ਚਲੋ ਪਹਿਲਾ ਕੁਸ਼ਚਨ ਹੈ, ਪਹਿਲਾਂ ਤਾਂ ਸਾਰੇ ਐਡ ਹੋਣਗੇ, ਫਿਰ ਹੀ ਕੁਸ਼ਚਨ ਕਰਨ ਦਾ ਮਜ਼ਾ ਆਊਗਾ। ਸੈਸ਼ਨ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਫਾਸਟ। ਮਨਪ੍ਰੀਤ ਕੌਰ, ਗੁੱਡ ਮੋਰਨਿੰਗ ਜੀ, ਸੈਸ਼ਨ ਨੂੰ ਜਲਦੀ ਜਲਦੀ ਸ਼ੇਅਰ ਕਰੋ, ਫਿਰ ਹੀ ਮਜ਼ਾ ਆਊਗਾ। ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਕਿਹੜੇ MCQ ਬਣ ਸਕਦੇ ਆ, ਪੇਪਰ 'ਚ ਕੀ ਆ ਸਕਦਾ, ਫਿਰ ਹੀ ਨਜ਼ਾਰਾ ਆਊਗਾ। ਜਲਦੀ ਜਲਦੀ ਸ਼ੇਅਰ ਕਰ ਦਿਓ ਫਾਸਟ। ਚਲੋ ਪਹਿਲਾ ਕੁਸ਼ਚਨ ਕਰਦੇ ਹਾਂ, ਆਨਸਰ ਤੁਸੀਂ ਦਿਓਗੇ। ਵਿਚ ਸਕੀਮ ਵਾਜ ਲਾਂਚਡ ਬਾਈ ਪੰਜਾਬ ਗਵਰਨਮੈਂਟ ਟੂ ਇੰਪਾਵਰ ਦਾ ਵੂਮੈਨ ਹੈਡਿਡ ਫੈਮਿਲੀਜ਼ ਇਨ ਏ ਸਟੇਟ। ਵੂਮੈਨ ਹੈਡਿਡ ਫੈਮਿਲੀਜ਼ ਨੂੰ ਇੰਪਾਵਰ ਕਰਨ ਵਾਸਤੇ, ਜਿੱਥੇ ਜਿਸ ਘਰ ਦੇ ਵਿੱਚ ਔਰਤ ਜਿਹੜੀ ਹੈੱਡ ਆ, ਵੂਮੈਨ ਜਿਹੜੀ ਹੈੱਡ ਹੈ, ਠੀਕ ਹੈ, ਉਹਨੂੰ ਇੰਪਾਵਰ ਕਰਨ ਵਾਸਤੇ, ਤਾਂ ਕਿ ਉਹ ਘਰ ਆ ਜਿਹੜਾ ਆਪਣਾ ਚਲਾ ਸਕੇ, ਉਹਦੇ ਵਾਸਤੇ ਪੰਜਾਬ ਸਰਕਾਰ ਦੀ ਕਿਹੜੀ ਸਕੀਮ ਹੈ ਜਿਹੜੀ ਲਾਂਚ ਹੋਈ ਹੈ। ਸਤਿ ਸ਼੍ਰੀ ਅਕਾਲ ਜੀ ਚੰਦਨ ਜੀ, ਸਤਿ ਸ਼੍ਰੀ ਅਕਾਲ ਮਨਪ੍ਰੀਤ ਕੌਰ, ਕੈਂਬੀ ਗਿੱਲ, ਵੈਰੀ ਗੁੱਡ ਮੋਰਨਿੰਗ ਹਰਮਨ ਢਿੱਲੋ। ਸਰ ਪਲੀਜ਼ ਦੱਸਿਓ ਕਿ ਜੋ ਨਿਊ ਪੋਸਟ ਆਈਆਂ ਨੇ ਉਹ ਗ੍ਰੈਜੂਏਸ਼ਨ ਫਾਈਨਲ ਈਅਰ ਵਾਲੇ ਫਿਲ ਕਰ ਸਕਦੇ ਨੇ। ਦੇਖੋ ਜਿਹੜੀ ਨਿਊ ਪੋਸਟ ਆਈ ਹੈ ਨਾ, ਸਬ ਇੰਸਪੈਕਟਰ ਦੀ ਆਈ ਹੈ ਇੱਕ, ਅਤੇ ਕਈ ਕੌਂਸਟੇਬਲ ਦੀ, ਠੀਕ ਹੈ। ਤੁਸੀਂ ਜਿਹੜੇ ਅਗਰ ਤੁਸੀਂ ਫਾਈਨਲ ਈਅਰ ਦੇ ਵਿੱਚ ਹੈਗੇ ਹੋ ਤਾਂ ਸਬ ਇੰਸਪੈਕਟਰ ਲਈ ਵੇਟ ਕਰ ਲਓ, ਕਿਉਂਕਿ ਫਾਈਨਲ ਈਅਰ ਵਾਲੇ ਬੱਚੇ ਲਾਸਟ ਟਾਈਮ ਕੀ ਹੋਇਆ ਸੀਗਾ, ਉਹਨਾਂ ਨੇ ਭਰਤੇ ਸੀ ਫੋਰਮ। ਓਕੇ, ਨੈਕਸਟ ਜਿਹੜੀ ਕਲਾਸ ਜਿਹੜੀ ਆਪਾਂ ਲਗਾ ਰਹੇ ਹਾਂ, ਇਹ ਕਲਾਸ ਪੰਜਾਬ ਗਵਰਨਮੈਂਟ ਦੀ ਹੈ, ਮੈਥ ਦੀ ਹੀ ਲੈਣੀ ਸੀ ਕਲਾਸ ਸਰ ਜੀ, ਮੈਂ ਸਮਝਿਆ ਨਹੀਂ ਤੁਹਾਡੀ ਗੱਲ, ਅਤੇ ਤੁਸੀਂ ਪੇਪਰ ਤਾਂ ਭਰ ਸਕਦੇ ਹੋ, ਠੀਕ ਹੈ, ਬਟ ਜਿਹੜੀ ਗ੍ਰੈਜੂਏਸ਼ਨ ਅਗਰ ਕੰਪਲੀਟ ਨਹੀਂ ਹੋਈ, ਥੋੜ੍ਹੀ ਵੇਟ ਕਰ ਲਓ, ਦੇਖ ਲਓ ਕੀ ਪਤਾ ਰਿਜ਼ਲਟ ਆ ਜਾਵੇ ਜਲਦੀ ਆ ਜਾਵੇ, ਕਿਉਂਕਿ ਗ੍ਰੈਜੂਏਸ਼ਨ SI ਲਈ ਐਲੀਜੀਬਿਲਟੀ ਹੈ, ਬਟ ਕੌਂਸਟੇਬਲ ਦਾ ਭਰਨਾ, ਫਿਰ ਤੁਹਾਨੂੰ ਗ੍ਰੈਜੂਏਸ਼ਨ ਦੀ ਜ਼ਰੂਰਤ ਨਹੀਂ ਹੈ, ਕਲੀਅਰ। ਚਲੋ ਜੀ ਕੁਸ਼ਚਨ ਤੇ ਆਉਂਦੇ ਹਾਂ। ਹਾਂਜੀ, ਕੀ ਆਨਸਰ ਆਉਂਦਾ ਜੀ? ਵਿਚ ਸਕੀਮ ਵਾਜ ਲਾਂਚਡ ਬਾਈ ਪੰਜਾਬ ਗਵਰਨਮੈਂਟ ਟੂ ਇੰਪਾਵਰ ਦਾ ਵੂਮਨ ਹੈਡਿਡ ਫੈਮਿਲੀਜ਼ ਇਨ ਦਾ ਸਟੇਟ? ਕਿਹੜੀ ਸਰ ਫਿਰ ਸੇ ਨਿਊ ਵੈਕੈਂਸੀ ਆਈ ਹੈ? ਹਾਂ ਹਾਂ, ਨਵੀਆਂ ਵੈਕੈਂਸੀ ਆਈਆਂ ਜੀ, ਜਿਹਦੇ ਵਿੱਚ 2300 ਕੌਂਸਟੇਬਲ ਆ, ਆਈ ਥਿੰਕ 500-600 ਦੇ ਤਕਰੀਬਨ ਜਿਹੜੇ ਉਹ ਸਬ ਇੰਸਪੈਕਟਰ ਨੇ। ਹਾਂਜੀ ਆਨਸਰ ਕਰ ਦਿਓ ਛੇਤੀ ਛੇਤੀ, ਕਿਹੜੀ ਸਕੀਮ ਲਾਂਚ ਕੀਤੀ ਗਈ ਪੰਜਾਬ ਸਰਕਾਰ ਦੇ ਦੁਆਰਾ, ਜਿਹਦੇ ਵਿੱਚ ਅਗਰ ਹੈੱਡ ਕਿਸੇ ਫੈਮਿਲੀ ਦੀ ਔਰਤ ਹੈ, ਉਹਨੂੰ ਇੰਪਾਵਰ ਕਰਨ ਵਾਸਤੇ, ਤਾਂ ਕਿ ਜਿਹੜਾ ਇੰਪਾਵਰ ਹੋਏਗੀ ਅਤੇ ਆਪਣੀ ਜਿਹੜੀ ਫੈਮਿਲੀ ਹੈ ਉਹਨੂੰ ਸਮੂਥਲੀ ਚਲਾ ਪਾਏਗੀ, ਠੀਕ ਹੈ। ਚਲੋ ਇੰਨੇ ਕੁ ਪੈਸੇ ਤਾਂ ਨਹੀਂ ਸਰਕਾਰ ਦੇਣ ਲੱਗੀ ਕਿ ਜਿਹੜੀ ਫੈਮਿਲੀਆਂ ਸਮੂਥਲੀ ਚੱਲਣ ਲੱਗ ਪੈਣ, ਬਟ ਫਿਰ ਵੀ ਆਨਸਰ ਦੱਸ ਸਕਦਾ ਕੋਈ? ਹਰਮਨ ਢਿੱਲੋ, ਮਨਦੀਪ, ਸੋਨੂ ਕੰਟੀਵਾਲ, ਗੁਰਵਿੰਦਰ ਸਿੰਘ, ਕੈਂਬੀ ਗਿੱਲ, ਪ੍ਰਿਯੰਕਾ ਸ਼ਰਮਾ, ਇੰਨੇ ਸਾਰੇ ਬੱਚੇ ਲਾਈਵ ਨੇ ਔਰ ਤੁਸੀਂ ਆਨਸਰ ਨਹੀਂ ਦੇ ਰਹੇ। ਚਲੋ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ, ਤਾਂ ਇਹਦਾ ਆਨਸਰ ਹੈ ਸੀ ਆਪਸ਼ਨ, ਮਾਤਾ ਤ੍ਰਿਪਤਾ ਮਹਿਲਾ ਯੋਜਨਾ। ਇਹਦਾ ਆਨਸਰ ਕੀ ਹੈ? ਸੀ ਆਪਸ਼ਨ, ਮਾਤਾ ਤ੍ਰਿਪਤਾ ਮਹਿਲਾ ਯੋਜਨਾ। ਇਹ ਜਿਹੜੀ ਇਹ ਯੋਜਨਾ ਜਿਹੜੀ ਸਰਕਾਰ ਦੇ ਦੁਆਰਾ ਖੋਲ੍ਹੀ ਗਈ ਹੈ, ਇਹਦੇ ਵਿੱਚ ਜਿਹੜੀ ਫੈਮਿਲੀਜ਼ ਵੂਮਨ ਹੈਡਿਡ ਨੇ, ਸਰ ਠੀਕ ਹੈ,
ਜਿਹੜੀ ਵੂਮਨ ਹੈਡਿਡ ਫੈਮਿਲੀਜ਼ ਨੇ ਉਹਨਾਂ ਵਾਸਤੇ ਇਹ ਜਿਹੜੀ ਸਕੀਮ ਹੈ ਲਾਂਚ ਕੀਤੀ ਗਈ ਹੈ। ਇਸ ਸਕੀਮ ਦੇ ਵਿੱਚ ਕਾਫੀ ਸਾਰੇ ਐਲੀਜੀਬਿਲਟੀਜ਼ ਮੰਗੀਆਂ, ਜਿਵੇਂ ਕਿ ਪੰਜਾਬ ਦਾ ਡੋਮੀਸਾਈਲ ਹੋਣਾ ਚਾਹੀਦਾ, ਬਾਕੀ ਮੈਂ ਹਾਲੇ ਚੀਜ਼ਾਂ ਨਹੀਂ ਦੱਸਾਂਗਾ ਕਿਉਂਕਿ ਉਹਦੇ ਤਾਂ ਅੱਗੇ MCQ ਬਣਾਏ ਹੋਏ, ਠੀਕ ਹੈ, ਇਹਦਾ MCQ ਨਹੀਂ ਬਣਾਇਆ ਸੀਗਾ ਤਾਂ ਮੈਂ ਦੱਸ ਦਿੱਤਾ, ਪੰਜਾਬ ਦਾ ਡੋਮੀਸਾਈਲ ਹੋਣਾ ਚਾਹੀਦਾ। ਦੂਸਰਾ, ਜਿਹੜੀ ਫੈਮਿਲੀ ਦੀ ਹੈੱਡ ਹੈ ਉਹ ਵੂਮਨ ਹੋਣੀ ਚਾਹੀਦੀ ਹੈ, ਮੇਨ ਇਹੀ ਹੈ, ਠੀਕ ਹੈ। ਓਬਜੈਕਟਿਵ ਕੀ ਹੈ ਇਸ ਸਕੀਮ ਦਾ? ਓਬਜੈਕਟਿਵ ਹੈ ਕਿ ਵੂਮਨ ਇੰਪਾਵਰਮੈਂਟ, ਵੂਮਨ ਇੰਪਾਵਰਮੈਂਟ ਇੱਕ ਹੀ ਇਹਦਾ ਮੇਨ ਓਬਜੈਕਟਿਵ ਹੈ। ਚਲੋ ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਖੁਦ ਪਰ ਖੁਦ ਸਾਰੀ ਸਕੀਮ ਤੁਹਾਨੂੰ ਜਿਹੜੀ ਹੋਣੀ ਕਵਰ ਹੋ ਜੂਗੀ, ਹਰ ਇੱਕ ਕੁਐਸਚਨ ਜਿਹੜਾ ਆਪਾਂ ਇਹਦੇ ਵਿੱਚ ਕੀਤਾ ਹੋਇਆ। ਆ ਬੜਾ ਕੋਮਨ ਜਿਹਾ ਕੁਐਸਚਨ ਹੈ, ਠੀਕ ਹੈ। ਆ ਕੁਐਸਚਨ ਦੇ ਸਦਕੇ ਹੀ ਤੁਸੀਂ 33% ਜਿਹੜੀਆਂ ਕੁੜੀਆਂ ਦਾ ਕੋਟਾ ਹੈ, ਇਹ ਕੁਐਸਚਨ ਜਿਹੜਾ ਉੱਥੋਂ ਹੀ ਬਣ ਗਿਆ। 33% ਕੋਟਾ ਜਿਹੜਾ ਵੂਮੈਨ ਦਾ, ਆ ਕੁਐਸਚਨ ਦੇ ਸਦਕੇ ਹੀ ਆ। ਪੰਜਾਬ ਸਰਕਾਰ ਦੀ ਸਕੀਮ, ਪੰਜਾਬ ਗੌਰਮੈਂਟ ਮੇਡ ਰਿਜ਼ਰਵੇਸ਼ਨ ਫੋਰ ਵੂਮੈਨ ਇਨ ਪੰਚਾਇਤ, ਅਰਬਨ ਲੋਕਲ ਬੋਡੀਜ਼ ਐਂਡ ਇਨ ਗੌਰਮੈਂਟ ਜੋਬਸ ਆਲਸੋ। ਤਾਂ ਜਿਹੜੀ ਰਿਜ਼ਰਵੇਸ਼ਨ ਕਿੰਨੇ ਪਰਸੈਂਟ ਆ, ਆ ਕੋਟਾ ਕਿੰਨੇ ਪਰਸੈਂਟ ਦਿੱਤਾ ਗਿਆ? 33% ਗੌਰਮੈਂਟ ਜੋਬ ਤਾਂ ਉਹ ਸਾਰਿਆਂ 'ਚ ਹੀ ਦਿੱਤੀ ਲਿਖਿਆ ਹੋਇਆ। ਇੱਥੇ ਸਾਡਾ ਜਿਹੜਾ ਇੱਥੇ ਕੁੰਡੀ ਅੜ ਜਾਂਦੀ ਨਾ ਪੇਪਰ ਦੇ ਵਿੱਚ ਵੀ, ਐਵੇਂ ਦਾ ਕੁਐਸਚਨ ਹੁੰਦਾ, ਇਹਨਾਂ ਦਾ ਪਤਾ 33% ਗੌਰਮੈਂਟ ਜੋਬ ਅੱਗੇ ਕੀ ਆ? ਹਾਂਜੀ, ਕੀ ਆਪਸ਼ਨ ਆਨਸਰ ਆਊਗਾ? 33% ਸਰਕਾਰੀ ਨੌਕਰੀਆਂ ਅਤੇ 33% ਹੀ ਪੰਚਾਇਤ ਦੇ ਵਿੱਚ, ਜਾਂ 33% ਸਰਕਾਰੀ ਨੌਕਰੀਆਂ ਦੇ ਵਿੱਚ ਅਤੇ ਅਰਬਨ ਲੋਕਲ ਬੋਡੀਜ਼ ਦੇ ਵਿੱਚ ਵੀ ਜਿਹੜੀ, ਠੀਕ ਹੈ, ਉਹ ਵੀ 33%, ਜਾਂ 33% ਸਰਕਾਰੀ ਨੌਕਰੀਆਂ ਦੇ ਵਿੱਚ ਅਤੇ 50% ਪੰਚਾਇਤਾਂ ਦੇ ਵਿੱਚ ਅਤੇ ਅਰਬਨ ਲੋਕਲ ਬੋਡੀਜ਼ ਦੇ ਵਿੱਚ। ਹਾਂਜੀ, ਕੀ ਆਨਸਰ ਬਣਦਾ ਜੀ? ਸ਼ੇਅਰ ਕਰੋ ਪਹਿਲਾਂ ਤਾਂ ਜਲਦੀ ਜਲਦੀ ਸੈਸ਼ਨ ਨੂੰ ਸਾਰੇ ਸ਼ੇਅਰ ਕਰ ਦਿਓ। ਆ ਗਰੁੱਪ ਬਣੇ ਆ ਤੁਹਾਡੇ, ਟੈਲੀਗ੍ਰਾਮ ਦਾ ਗਰੁੱਪ ਹੈਗਾ, ਉਹਦੇ ਵਿੱਚ ਵੀ ਸ਼ੇਅਰ ਕਰ ਦਿਓ ਆਨਸਰ। ਪਹਿਲਾਂ ਸ਼ੇਅਰ ਕਰ ਦਿਓ, ਸਭ ਤੋਂ ਪਹਿਲਾਂ ਤਾਂ ਆਨਸਰ ਸ਼ੇਅਰ ਕਰੋ, ਬਾਕੀ ਗੱਲਾਂ ਬਾਅਦ 'ਚ ਕਰਦੇ ਹਾਂ। ਸੋਰੀ, ਸੈਸ਼ਨ ਨੂੰ ਸ਼ੇਅਰ ਕਰੋ, ਆਨਸਰ ਕਰੋ, ਨਾਲ ਹੀ ਸੈਸ਼ਨ ਵੀ ਸ਼ੇਅਰ ਕਰੋ। ਹੋਰ ਸ਼ੇਅਰ ਕਰਿਆ ਕਰੋ। ਔਰ ਸਵੇਰੇ 9 ਵਜੇ ਕਲਾਸ ਆਪਣੀ ਮੈਥ ਦੀ, ਅਤੇ 10 ਵਜੇ ਕਲਾਸ ਕਿਹਦੀ? ਆ ਪੰਜਾਬ GK ਦੀ, ਔਰ ਪੰਜਾਬੀ ਲੈਂਗੁਏਜ ਦੀ ਵੀ ਇਹਦੇ ਵਿੱਚ ਹੀ ਕਲਾਸ ਲਗਾਵਾਂਗਾ। ਸੁਰਜੀਤ ਕੌਰ ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ, ਲੇਟ ਹੋ ਗਏ ਤੁਸੀਂ ਬਹੁਤ। ਹਾਂਜੀ, ਇਹਦਾ ਆਨਸਰ ਆਪਣੇ ਕੋਲ ਸੀ ਆਪਸ਼ਨ, ਬਿਲਕੁਲ ਕਰੈਕਟ ਆਨਸਰ ਆ। 33% ਜਿਹੜਾ ਸਰਕਾਰੀ ਨੌਕਰੀਆਂ ਦੇ ਵਿੱਚ, ਅਤੇ 50% ਹੈ ਜਿਹੜਾ ਉਹ ਪੰਚਾਇਤਾਂ ਅਤੇ ਅਰਬਨ ਲੋਕਲ ਬੋਡੀਜ਼ ਦੇ ਵਿੱਚ ਕੋਟਾ ਜਿਹੜਾ ਸਰਕਾਰ ਨੇ ਵੂਮਨ ਨੂੰ ਦਿੱਤਾ, ਠੀਕ ਹੈ। ਸਰਕਾਰ ਨੇ ਵੂਮਨ ਨੂੰ ਇੰਨਾ ਕੋਟਾ ਦੇ ਦਿੱਤਾ, 33% ਸਰਕਾਰੀ ਨੌਕਰੀਆਂ ਦੇ ਵਿੱਚ, ਅਤੇ 50% ਜਿਹੜਾ ਕੋਟਾ ਉਹ ਜਿਹੜਾ ਪੰਚਾਇਤ ਅਤੇ ਅਰਬਨ ਲੋਕਲ ਬੋਡੀਜ਼ ਦੇ ਜਿਹੜੇ ਇਲੈਕਸ਼ਨ ਵਗੈਰਾ ਸੀਟਾਂ ਨੇ ਜਿਹੜੀਆਂ ਪੰਚਾਇਤ ਦੀਆਂ, ਉਹਦੇ ਵਿੱਚ ਦਿੱਤਾ, ਠੀਕ ਹੈ। ਅਗਲੇ ਕੁਐਸਚਨ 'ਤੇ ਚੱਲਦੇ ਹਾਂ ਜੀ। ਲਓ ਜੀ, ਅਗਲਾ ਕੁਐਸਚਨ ਆਪਣਾ, ਅਗਲਾ ਕੁਐਸਚਨ ਕੀ ਹੈ? ਟੂ ਇੰਪਾਵਰ ਵੂਮੈਨ ਅੰਡਰ ਦਾ ਮਾਤਾ ਤ੍ਰਿਪਤਾ ਮਹਿਲਾ ਯੋਜਨਾ, ਸਟੇਟ ਗੌਰਮੈਂਟ ਵਿਲ ਪ੍ਰੋਵਾਈਡ ਵਿਚ ਵਨ ਆਫ ਦਾ ਫੋਲੋਇੰਗ ਚੀਜ਼। ਕਿਆ ਫ੍ਰੀ ਬਿਜਲੀ ਦੇ ਦੇਗੀ, ਜਾਂ ਐਜੂਕੇਸ਼ਨ ਟ੍ਰੇਨਿੰਗ ਐਂਡ ਇਕੁਅਲ ਓਪਰਚੁਨਿਟੀਜ਼ ਦੇ ਦੇਗੀ, ਠੀਕ ਹੈ, ਜਾਂ ਬਾਏ ਇਕਵਿਪਿੰਗ ਵੂਮੈਨ ਟੂ ਮੇਕ ਲਾਈਫ ਡਿਟਰਮਾਈਨਿੰਗ ਡਿਸੀਜ਼ਨ ਫੋਰ ਦੈਮਸੈਲਫ। ਜਾਂ ਮਤਲਬ ਇਕਵਿਪਿੰਗ ਦਾ ਮਤਲਬ ਕੀ ਹੋ ਗਿਆ ਕਿ ਉਹਨਾਂ ਨੂੰ ਕੁਛ ਰੁਜ਼ਗਾਰ ਇਹੋ ਜਿਹਾ ਖੋਲ੍ਹ ਦੇਗੀ ਜਿਹਦੇ ਵਿੱਚ ਉਹ ਆਪਣੇ ਡਿਸੀਜ਼ਨਸ ਹੈ ਜਿਹੜੇ ਉਹ ਇਕਵਿਪਿੰਗ ਦਾ ਵੂਮੈਨ, ਠੀਕ ਹੈ, ਫੋਰ ਡਿਟਰਮਾਈਨਿੰਗ ਦਾ ਡਿਸੀਜ਼ਨ ਫੋਰ ਦੈਮਸੈਲਫ, ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਬਣਾ ਦੇਗੀ, ਠੀਕ ਹੈ, ਇਸ ਤਰ੍ਹਾਂ ਦਾ ਉਹਨਾਂ ਨੂੰ ਬਣਾ ਕੇ ਆਪਣੇ ਆਪ ਨੂੰ ਉਹ, ਤਾਂ ਕਿ ਆਪਣੇ ਡਿਸੀਜ਼ਨ ਖੁਦ ਲੈ ਸਕਣ। ਤੁੱਕਾ ਚੱਲ ਗਿਆ, ਓਕੇ ਜੀ, ਵੈਰੀ ਗੁੱਡ। ਇੱਥੇ ਇੱਥੇ ਚਲਾਓ ਫਿਰ, ਇੱਥੇ ਤੁੱਕਾ ਬਣਦਾ ਕੋਈ, ਚੈੱਕ ਕਰਦੇ ਹਾਂ ਹੁਣ, ਚਲਾਓ। ਅਗਰ ਆਉਂਦਾ ਤਾਂ ਆਨਸਰ ਦਿਓ, ਅਗਰ ਨਹੀਂ ਆਉਂਦਾ ਤਾਂ ਚਲਾਓ ਤੁੱਕਾ। ਓ ਪ੍ਰਿਯੰਕਾ ਸ਼ਰਮਾ, ਓਕੇ ਜੀ, ਡੀ, ਠੀਕ ਆ। ਸੁਰਜੀਤ ਦੇ ਵੀ, ਸੁਰਜੀਤ ਕੌਰ ਡੀ ਆਪਸ਼ਨ, ਠੀਕ ਆ, ਓਕੇ। ਹੋਰ ਨੇਹਾ ਭਗਤ ਡੀ, ਹੁਣ ਸਾਰੇ ਡੀ ਬੋਲੀ ਜਾਣਗੇ, ਇੱਕ ਨੇ ਡੀ ਬੋਲਿਆ ਤਾਂ ਸਾਰੇ ਡੀ ਬੋਲਣਾ ਪੈਂਦੇ ਆ। ਆਨਸਰ ਡੀ ਬਿਲਕੁਲ ਕਰੈਕਟ ਹੈ, ਇਹਦੇ ਵਿੱਚ ਬਿਲਕੁਲ ਸਹੀ ਆਨਸਰ ਆ, ਠੀਕ ਹੈ। ਇਸ ਸਕੀਮ ਦੇ ਤਹਿਤ, ਤ੍ਰਿਪਤਾ ਮਹਿਲਾ ਯੋਜਨਾ ਦੇ ਤਹਿਤ, ਜਿਹੜੀ ਵੂਮਨ ਹੈ, ਠੀਕ ਹੈ, ਜਿਹੜੀ ਵੂਮਨ ਹੈ ਉਹਨਾਂ ਨੂੰ ਐਜੂਕੇਟ ਵੀ ਕੀਤਾ ਜਾਏਗਾ, ਟ੍ਰੇਨਿੰਗ ਦਿੱਤੀ ਜਾਏਗੀ, ਔਰ ਇਕੁਅਲ ਓਪਰਚੁਨਿਟੀ ਵੀ ਦਿੱਤੀ ਜਾਏਗੀ। ਹੁਣ ਜਿਵੇਂ ਕਿ ਅਗਰ ਉਹਨਾਂ ਨੇ ਆਪਣਾ ਕੋਈ ਰੁਜ਼ਗਾਰ ਖੋਲ੍ਹ ਕੇ ਆਪਣੀ ਜਿਹੜੀ ਜ਼ਿੰਦਗੀ ਹੈ ਜਿਹੜੀ ਉਹ ਸਹੀ ਢੰਗ ਨਾਲ ਚਲਾਉਣਾ ਚਾਹੁੰਦੇ ਆ, ਪੈਸੇ ਕਮਾਉਣਾ ਚਾਹੁੰਦੇ ਆ, ਉਹਦੇ ਵਾਸਤੇ ਇੱਕ ਉਹਨਾਂ ਨੂੰ ਐਜੂਕੇਸ਼ਨ, ਜਿਵੇਂ ਕਿ ਆਪਣੇ ਸਿਲਾਈ ਸੈਂਟਰ ਹੁੰਦੇ ਆ ਨਾ, ਫਿਰ ਕੰਪਿਊਟਰ ਸੈਂਟਰ ਆ ਗਏ, ਸਿਲਾਈ ਸੈਂਟਰ ਆ ਗਏ, ਅੱਜ ਕੱਲ੍ਹ ਤਾਂ ਜਿਹੜੀ
ਸਕੀਮਾਂ ਦੇ ਵਿੱਚ ਕਾਫੀ ਸਾਰੇ ਜਿਹੜੇ ਸੈਂਟਰਸ ਆ ਉੱਥੇ ਜਿੰਨੇ ਵੀ ਕੋਰਸਿਸ ਚੱਲਦੇ ਪਏ ਨੇ ਉਹਦੇ ਵਿੱਚ ਜਿਹੜੀ ਪਹਿਲ ਆ ਜਿਹੜੀ ਇਹਨਾਂ ਨੂੰ ਦਿੱਤੀ ਜਾਏਗੀ, ਠੀਕ ਹੈ, ਇਸ ਯੋਜਨਾ ਦੇ ਅੰਡਰ ਟ੍ਰੇਨਿੰਗ ਦਿੱਤੀ ਜਾਏਗੀ, ਉਹਦੇ ਬਾਅਦ ਇਕੁਅਲ ਓਪਰਚੁਨਿਟੀ ਦਿੱਤੀ ਜਾਏਗੀ, ਉਹਦੇ ਬਾਅਦ ਇਹਨਾਂ ਦਾ ਜਿਹੜਾ ਲਾਈਫ ਦੇ ਵਿੱਚ ਇਹਨਾਂ ਨੂੰ ਇੱਕ ਤਾਂ ਦੀ ਇਕਵਿਪਿੰਗ ਕੀਤੀ ਜਾਏਗੀ ਕਿ ਆਪਣੇ ਜਿਹੜੇ ਡਿਸੀਜ਼ਨ ਦੇ ਖੁਦ ਲੈ ਚੱਲ ਸਕਣ। ਤਾਂ ਕਿਸ ਤਰ੍ਹਾਂ ਆਏਗੀ? ਇਹਦਾ ਮਤਲਬ ਸਿੱਧਾ ਹੀ ਇੰਪਾਵਰਮੈਂਟ ਆ, ਡਿਟਰਮਾਈਨਿੰਗ ਦ ਡਿਸੀਜ਼ਨ ਫੋਰ ਦੈਮਸੈਲਵਸ। ਇਹਦਾ ਮਤਲਬ ਕੀ ਹੈ? ਇੰਪਾਵਰਮੈਂਟ ਆ, ਵੂਮਨ ਨੂੰ ਮਿਲ ਗਈ ਇੰਪਾਵਰਮੈਂਟ। ਇੰਪਾਵਰਮੈਂਟ ਮਿਲਣ ਦਾ ਤਰੀਕਾ ਕੀ ਹੈ? ਵੂਮੈਨ ਨੂੰ ਟ੍ਰੇਨਿੰਗ ਕੀਤੀ, ਇਕੁਅਲ ਦਿੱਤੀ, ਓਪਰਚੁਨਿਟੀ ਦਿੱਤੀ। ਅਗਰ ਵੂਮੈਨ ਨੂੰ ਓਪਰਚੁਨਿਟੀਜ਼ ਮਿਲ ਜਾਣ ਤਾਂ ਇੰਪਾਵਰਮੈਂਟ ਆਪਣੇ ਆਪ ਮਿਲ ਜਾਂਦੀ। ਓਪਰਚੁਨਿਟੀਜ਼ ਇਕੁਅਲ ਹੋਣੀਆਂ ਚਾਹੀਦੀਆਂ, ਐਜੂਕੇਸ਼ਨ ਦਾ ਰਾਈਟ ਹੋਣਾ ਚਾਹੀਦਾ, ਕੁੜੀਆਂ ਨੂੰ ਜਿਹੜਾ ਪੂਰਾ ਰਾਈਟ ਹੋਣਾ ਚਾਹੀਦਾ ਕਿ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ, ਜਿਵੇਂ ਕਿ ਮੁੰਡਿਆਂ ਦੀ ਐਜੂਕੇਸ਼ਨ ਹੁੰਦੀ ਆ, ਭੇਦਭਾਵ ਨਹੀਂ ਕਰਨਾ ਚਾਹੀਦਾ, ਠੀਕ ਹੈ, ਭੇਦਭਾਵ ਨਹੀਂ ਕਰਨਾ ਚਾਹੀਦਾ, ਕੁੜੀਆਂ ਨੂੰ ਪ੍ਰੋਪਰ ਐਜੂਕੇਸ਼ਨ ਦੇਣੀ ਚਾਹੀਦੀ ਆ ਤਾਂ ਕਿ ਕੁੜੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ, ਤਾਂ ਕਿ ਕਿਸੇ 'ਤੇ ਡਿਪੈਂਡੈਂਟ ਨਾ ਰਹਿਣ। ਇਹ ਨਹੀਂ ਕਿ ਕੋਈ ਵੀ ਕੰਮ, ਮਤਲਬ ਇੰਨੀ ਕੁ ਕੁੜੀਆਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਕੋਈ ਕੰਮ ਕਰਨਾ ਅਤੇ ਕਿਸੇ 'ਤੇ ਡਿਪੈਂਡੈਂਟ ਨਾ ਰਹਿਣ। ਤਾਂ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਹਾਲੇ ਵੀ ਜਿਹੜੀ ਐਜੂਕੇਸ਼ਨ ਆ ਐਟ ਪਾਰ ਨਹੀਂ ਆ, ਹਾਲੇ ਵੀ ਐਜੂਕੇਸ਼ਨ ਆ ਜਿਹੜੀ ਇਕੁਅਲ ਨਹੀਂ ਆ, ਹਾਲੇ ਵੀ ਬਹੁਤ ਜਿਹੜਾ ਭੇਦਭਾਵ ਹੈ, ਹਾਂ ਘਟਿਆ ਜ਼ਰੂਰ ਆ, ਬਟ ਹਾਲੇ ਵੀ ਹੋਰ ਵੀ ਘਟਾਇਆ ਜਾ ਸਕਦਾ, ਠੀਕ ਹੈ, ਹਾਲੇ ਹੋਰ ਵੀ ਘਟਾਇਆ ਜਾ ਸਕਦਾ। ਕਿਸ ਤਰ੍ਹਾਂ ਘਟਾਇਆ ਜਾ ਸਕਦਾ? ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਚਲੋ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਇਹਦਾ ਆਨਸਰ ਡੀ ਆਪਸ਼ਨ ਹੈ, ਯਾਨੀ ਬੋਥ ਬੀ ਐਂਡ ਸੀ। ਅਗਲੇ ਕੁਐਸਚਨ 'ਤੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਆ, ਮਾਤਾ ਤ੍ਰਿਪਤਾ ਮਹਿਲਾ ਯੋਜਨਾ ਇਜ਼ ਨੋਟ ਐਪਲੀਕੇਬਲ ਫੋਰ। ਤਾਂ ਕਿਹੜੀ ਲੇਡੀ ਇਸ ਯੋਜਨਾ ਦੇ ਵਿੱਚ ਐਪਲੀਕੇਬਲ ਨਹੀਂ ਆ? ਪਹਿਲਾ, ਵਿਡੋ ਵੂਮੈਨ ਹੂ ਇਜ਼ ਹੈਡ ਫੈਮਿਲੀ ਹੈਡ। ਅਗਰ ਕੋਈ ਵਿਡੋ ਆ, ਕੋਈ ਵਿਧਵਾ ਆ, ਉਹ ਫੈਮਿਲੀ ਹੈਡ ਹੈ, ਕਿਆ ਉਹ ਐਪਲੀਕੇਬਲ ਨਹੀਂ ਹੈ? ਦੂਸਰਾ, ਡਿਜ਼ਰਟਿਡ ਵੂਮੈਨ। ਡਿਜ਼ਰਟਿਡ ਦਾ ਵੂਮੈਨ ਹੁੰਦਾ ਕਿ ਜਿਹੜੀ ਹਲੇ ਡਿਵੋਰਸ ਨਹੀਂ ਹੋਇਆ ਬਟ ਛੜਛੜਾ ਹੋਇਆ ਪਿਆ, ਠੀਕ ਹੈ, ਜਾਂ ਡਿਵੋਰਸਡ ਵੂਮੈਨ ਯਾਨੀ ਡਿਵੋਰਸ ਹੋ ਗਿਆ ਹੋਇਆ ਅਤੇ ਫੈਮਿਲੀ ਦੀ ਹੈੱਡ ਆ। ਤੀਸਰੀ ਜਿਹੜੀ ਆਪਸ਼ਨ ਆਪਣੇ ਕੋਲ ਹੈਗੀ ਆ, ਅਨਮੈਰਿਡ ਵੂਮੈਨ ਹੈੱਡ ਆਫ ਦਾ ਫੈਮਿਲੀ, ਯਾਨੀ ਉਹ ਵੂਮੈਨ ਜਿਹੜੀ ਅਨਮੈਰਿਡ ਹੈ ਔਰ ਹੈੱਡ ਆਫ ਦਾ ਫੈਮਿਲੀ, ਠੀਕ ਹੈ, ਅਨਮੈਰਿਡ ਐਂਡ ਹੈੱਡ ਆਫ ਦਾ ਫੈਮਿਲੀ। ਕੀ ਆਨਸਰ ਆਏਗਾ ਇਹਦੇ 'ਚ? ਜਾਂ ਚੌਥੀ ਆਪਸ਼ਨ, ਆਲ ਅਬਵ ਆਰ ਐਲੀਜੀਬਲ। ਅਨਮੈਰਿਡ ਐਂਡ ਹੈੱਡ ਆਫ ਦਾ ਫੈਮਿਲੀ ਐਵੇਂ ਹੁੰਦਾ ਹੈ ਕਿ ਕਦੀ ਕਦਾਈ ਕੀ ਹੁੰਦਾ, ਜਿਵੇਂ ਕਿ ਕੁਛ ਲੋਕ ਵਿਆਹ ਨਹੀਂ ਕਰਾਉਂਦੇ, ਠੀਕ ਹੈ, ਔਰ ਫੈਮਿਲੀ ਦੇ ਜਿਹੜਾ ਬੰਦਾ, ਹੁਣ ਇਸ ਲੇਡੀ ਨੇ ਵਿਆਹ ਨਹੀਂ ਕਰਾਇਆ, ਠੀਕ ਹੈ, ਉਹਦੀ ਸਪੋਜ਼ ਕਰ ਲੈਂਦੇ ਹਾਂ ਉਹਦਾ ਛੋਟਾ ਭਰਾ ਆ, ਛੋਟੇ ਭਰਾ ਦਾ ਵਿਆਹ ਹੋ ਚੁੱਕਿਆ, ਔਰ ਮਦਰ ਫਾਦਰ ਸਪੋਜ਼ ਕਰ ਲੈਂਦੇ ਨਹੀਂ ਹੈਗੇ, ਹੁਣ ਛੋਟਾ ਭਰਾ ਆ, ਉਹਦੀ ਪੂਰੀ ਫੈਮਿਲੀ ਆ, ਠੀਕ ਹੈ, ਉਹਦੇ ਵਿੱਚ ਜਿਹੜੇ ਫੈਮਿਲੀ ਹੈੱਡ ਹੈ ਜਿਹੜੀ, ਇਹ ਵੂਮਨ ਨਹੀਂ ਹੁੰਦੀ। ਹਾਂ, ਡੀ ਆਪਸ਼ਨ ਇਹਦੇ ਵਿੱਚ ਵੀ ਬਿਲਕੁਲ ਕਰੈਕਟ ਹੈ ਯਾਰ, ਤੁਸੀਂ ਤਾਂ ਤੁੱਕੇ ਬੜੇ ਕੈਮ ਲਗਾ ਰਹੇ ਹੋ ਅੱਜ, ਹੈ ਨਾ, ਆਪਾਂ ਇੱਥੇ ਸਟੂਡੀਓ 'ਚ ਕੀ ਆ ਗਏ, ਤੁਹਾਡੇ ਤਾਂ ਤੁੱਕੇ ਵੀ ਸੈੱਟ ਪੈਣ ਲੱਗ ਪਏ। ਚਲੋ ਜੀ, ਤੋ ਆਲ ਅਬਵ ਆਰ ਐਲੀਜੀਬਲ, ਸਾਰੇ ਐਲੀਜੀਬਲ ਆ, ਸਿਰਫ ਇੱਕੋ ਹੀ ਕੰਡੀਸ਼ਨ ਆ ਕਿ ਵੂਮੈਨ ਆ ਜਿਹੜੀ ਇਕੱਲੀ ਹੋਣੀ ਚਾਹੀਦੀ ਆ। ਅਗਰ ਵੂਮੈਨ ਦਾ ਹਸਬੈਂਡ ਉਹਦੇ ਨਾਲ ਆ, ਬੇਸ਼ੱਕ ਵੂਮੈਨ ਵੱਡੀ ਹੋਏ, ਫਿਰ ਉਹ ਹੈੱਡ ਆਫ ਦਾ ਫੈਮਿਲੀ ਨਹੀਂ ਗਿਣੀ ਜਾਊਗੀ, ਸਮਝੇ ਮੇਰੀ ਗੱਲ, ਠੀਕ ਹੈ। ਅਗਰ ਵੂਮੈਨ ਦਾ ਹਸਬੈਂਡ ਨਾਲ ਹੈ, ਜਿੰਦਾ ਜਾਂ ਨਾਲ ਰਹਿ ਰਿਹਾ, ਠੀਕ ਹੈ, ਉਹਨੇ ਵੂਮੈਨ ਨੇ ਵਿਆਹ ਕਰਾਇਆ, ਠੀਕ ਹੈ, ਅਗਰ ਉਹਦਾ ਹਸਬੈਂਡ ਹੈਗਾ ਤੇ ਉਹ ਵਾਲੀ ਵੂਮੈਨ ਇਸ ਸਕੀਮ ਦੇ ਵਿੱਚ ਐਪਲੀਕੇਬਲ ਨਹੀਂ ਆ, ਠੀਕ ਹੈ, ਉਹ ਵਿਆਹੀ ਔਰਤ ਜਿਹਦਾ ਕਿ ਹਸਬੈਂਡ ਉਹਦੇ ਨਾਲ ਹੈ, ਉਹ ਇਸ ਸਕੀਮ ਦੇ ਵਿੱਚ ਐਪਲੀਕੇਬਲ ਨਹੀਂ ਹੈ, ਬਾਕੀ ਸਾਰੀਆਂ ਲੇਡੀਜ਼ ਜਿਹੜੀਆਂ ਐਪਲੀਕੇਬਲ ਨੇ, ਠੀਕ ਹੈ, ਸਿਰਫ ਵੂਮੈਨ ਹੈੱਡ ਹੋਣੀ ਚਾਹੀਦੀ ਹੈ, ਪਹਿਲੀ ਗੱਲ, ਕਲੀਅਰ। ਤੋ ਅਗਲੇ ਕੁਐਸਚਨ 'ਤੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਦੇਖਦੇ ਹਾਂ, ਅਗਲਾ ਕੁਐਸਚਨ ਕੀ ਆ ਆਪਣੇ ਕੋਲ? ਉਹ ਟਾਈਮਰ ਵੀ ਸੀਗਾ ਇੱਥੇ, ਤੇ ਇੱਥੇ ਹੈਗਾ ਟਾਈਮਰ, ਚਲੋ ਲੱਗਿਆ ਟਾਈਮਰ, ਚਲੋ ਜੀ ਕਰੋ, ਹਾਂ ਟਾਈਮ 'ਤੇ ਆਨਸਰ ਦੇਖਦੇ ਹਾਂ। 10 ਸੈਕਿੰਡ ਦੇ ਵਿੱਚ, ਕਿੰਨੇ 10 ਸੈਕਿੰਡ ਰਹਿ ਗਏ, 15 ਸੈਕਿੰਡ ਸੀ। ਸਾਡਾ ਚੱਲਦਾ ਹੈ ਤੁੱਕਾ, ਅਸੀਂ ਤਾਂ ਲਗਾਉਂਦੇ, ਔਰ ਜਿਵੇਂ ਉਹ ਕਹਿੰਦਾ ਨਾ ਸਿੱਧੂ, ਸਾਡਾ ਚੱਲਦਾ ਹੈ ਤੱਕਾ, ਅਸੀਂ ਤਾਂ ਕਰਦੇ ਹਾਂ। ਸੂਰਜ ਕਸ਼ਪ, ਬਾਈ ਤੁੱਕੇ ਦੇ ਸਿਰ 'ਤੇ ਪੇਪਰ ਨਹੀਂ ਲੱਗਣਾ, ਇਹਦਾ ਗੱਲ ਸਹੀ ਕੀਤੀ ਹੈ। ਚੰਦਨ ਨੇ ਬਿਲਕੁਲ ਸਿਰਾ ਗੱਲ ਕੀਤੀ ਆ, ਤੁੱਕੇ ਦੇ ਬੇਸ 'ਤੇ ਕਦੀ ਪੇਪਰ ਨਹੀਂ ਲੱਗਦੇ, ਹੈ ਨਾ, ਤੁੱਕੇ ਦੇ ਬੇਸ 'ਤੇ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ ਕਿ ਤੁੱਕੇ ਦੇ ਬੇਸ 'ਤੇ ਕੋਈ ਹੋ ਗਿਆ ਹੋਇਆ ਜੀ, ਚਲੋ ਜੀ ਉਹਦੀ ਹੋ ਗਈ ਤਿਆਰੀ ਅਤੇ ਕੱਢਤਾ ਉਹਨੇ ਪੇਪਰ, ਕੱਢਤਾ ਤੁੱਕਾ। ਦੇਖੋ, ਤੁੱਕੇ ਦੇ ਬੇਸ 'ਤੇ ਪੇਪਰ ਨਹੀਂ ਹੋਣੇ, ਬਟ ਤੁੱਕੇ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਪੜ੍ਹਨੇ ਪੈਣਾ। ਕਦੀ ਕਦੀ ਕੀ ਹੁੰਦਾ ਕਿ ਕੁਛ ਕੁਐਸਚਨਸ ਇਹੋ ਜਿਹੇ ਹੁੰਦੇ ਆ ਜਿੱਥੇ ਤੁਹਾਡਾ ਨਾ ਲੋਜੀਕਲ ਸੈਂਸ ਜਿਹੜੀ ਕੰਮ ਕਰਨੀ ਸ਼ੁਰੂ ਕਰ ਦਿੰਦੀ ਹੈ, ਮਾਇੰਡ ਜਿਹੜਾ ਥੋੜ੍ਹਾ ਲੋਜੀਕਲ ਜਦੋਂ ਹੁੰਦਾ ਹੈ ਤਾਂ ਉਦੋਂ ਉਹ ਤੁੱਕਾ ਵੀ ਚੱਲ ਜਾਂਦਾ। ਉਹ ਤੁੱਕਾ ਨਹੀਂ ਕਹਿੰਦੇ, ਅਸਲ ਦੇ ਵਿੱਚ ਉਹ ਚੀਜ਼ ਕੀ ਹੁੰਦੀ ਹੈ, ਤੁਹਾਡਾ ਸੈਂਸ, ਉਹ ਜਿਹੜਾ
ਸੈਂਸਿੰਗ ਪਾਵਰ ਹੈ ਨਾ ਕਿ ਚੀਜ਼ਾਂ ਨੂੰ ਸੈਂਸ ਕਰਨਾ, ਚੀਜ਼ਾਂ ਨੂੰ ਐਨਾਲਾਈਜ਼ ਕਰਨਾ, ਜਿਹੜੀ ਸਿਕਸ ਸੈਂਸ ਟੈਕਨੋਲੋਜੀ ਹੈ ਜਿਹੜੀ ਉਹ ਐਕਟੀਵੇਟ ਹੋ ਜਾਂਦੀ ਤੁਹਾਡੀ, ਲੱਗ ਜਾਂਦਾ ਕਵੀ, ਹਾਂ ਲੱਗ ਜਾਂਦਾ ਬਟ ਹਰ ਵਾਰ ਨਹੀਂ ਲੱਗਦਾ। ਹਾਂ ਟੈਕਨੋਲੋਜੀ ਜਿਹੜੀ ਤੁਹਾਡੀ ਸਿਕਸ ਸੈਂਸ ਟੈਕਨੋਲੋਜੀ ਹੈ ਉਹ ਐਕਟੀਵੇਟ ਹੋ ਗਈ ਫਿਰ ਤਾਂ ਲੱਗ ਜਾ ਕਰੂਗਾ। ਚਲੋ ਜੀ ਅਗਲਾ ਕੁਐਸਚਨ ਆਪਣਾ ਹੈਗਾ ਰਾਸ਼ਨ ਕਾਰਡ ਤੋਂ, ਰਾਸ਼ਨ ਕਾਰਡ ਨੀਲੇ ਕਾਰਡ, ਨੀਲੇ ਕਾਰਡ ਜਿਹੜੇ ਆ ਸਰਕਾਰ ਨੇ ਕਹਿ ਤਾ ਕਿ ਨੀਲੇ ਕਾਰਡ ਜਿਹੜੇ ਉਹਨਾਂ ਨੂੰ ਬਦਲ ਦਾਂਗੇ, ਠੀਕ ਹੈ। ਹਾਂ ਇੰਟੈਲੀਜੈਂਸ ਅਤੇ ਕੋਂਸਟੇਬਲ ਕਿਉਂਕਿ ਨੈਗੇਟਿਵ ਮਾਰਕਿੰਗ ਨਹੀਂ ਹੈਗੀ, ਸੂਰਜ ਕਸ਼ਯਪ ਸਹੀ ਗੱਲ ਹੈ, ਠੀਕ ਹੈ। ਹਾਂ ਮੈਂ ਕਹਿੰਦਾ ਜਦੋਂ ਨੈਗੇਟਿਵ ਮਾਰਕਿੰਗ ਨਹੀਂ ਹੈ ਕੁਐਸਚਨ ਸਾਰੇ ਕਰਕੇ ਆਓ, ਅਤੇ ਜਦੋਂ ਨੈਗੇਟਿਵ ਮਾਰਕਿੰਗ ਹੈ ਕੁਐਸਚਨ ਸਿਰਫ ਉਨੇ ਕੁ ਕਰਕੇ ਆਓ ਜਿੰਨੇ ਕੁ ਤੁਹਾਨੂੰ ਆਉਂਦੇ ਆ, ਜਿੰਨੇ ਕੁ ਤੁਹਾਡੇ ਠੀਕ ਆ। ਅਤੇ ਤੁੱਕਾ ਵੀ ਉਹੀ ਲਾਈਓ ਜਿੱਥੇ ਤੁਹਾਡੀ ਜਿਹੜੀ ਐਨਾਲਾਈਜੇਸ਼ਨ ਪਾਵਰ ਹੈ ਜਿਹੜੀ ਉਹ ਕੰਮ ਕਰਦੀ ਹੋਏਗੀ, ਸੈਂਸਿਸ ਹੈ ਨਾ ਤੁਹਾਡੇ ਉਹ ਕੰਮ, ਮਤਲਬ ਸਿਕਸ ਸੈਂਸ ਟੈਕਨੋਲੋਜੀ ਹੈ ਨਾ ਜਿਹੜੀ ਉਹ ਕੰਮ ਕਰਦੀ ਹੋਏਗੀ, ਠੀਕ ਹੈ। ਛੇਵੀਂ ਗਿਆਨ ਇੰਦਰੀ ਜਦੋਂ ਤੁਹਾਡੀ ਖੁੱਲ੍ਹ ਜਾਏਗੀ ਨਾ ਉਹਨੂੰ ਕਹਿ ਦਿੰਦੇ ਆ ਸਿਕਸ ਸੈਂਸ ਟੈਕਨੋਲੋਜੀ। ਚਲੋ ਜੀ ਇਹਦਾ ਆਂਸਰ ਦਿਓ, ਸਟੇਟ ਗੌਰਮੈਂਟ ਆਫ ਪੰਜਾਬ ਹੈਡ ਗਿਵਨ ਇਟਸ ਅਪਰੂਵਲ ਟੂ ਰਿਪਲੇਸ ਬਲੂ ਰਾਸ਼ਨ ਕਾਰਡ, ਨੀਲੇ ਰਾਸ਼ਨ ਕਾਰਡ ਹੈ ਜਿਹੜੇ ਰਿਪਲੇਸ ਕਰ ਦਿੱਤੀ ਜਾਏਗੀ ਅੰਡਰ ਆਟਾ ਦਾਲ ਸਕੀਮ। ਨਵੇਂ ਰਾਸ਼ਨ ਕਾਰਡਾਂ ਦੀ ਥਾਂ 'ਤੇ ਕਿਹੜੇ ਕਾਰਡ ਬਣਨਗੇ? ਡਿਜੀਟਲ ਰਾਸ਼ਨ ਕਾਰਡ, ਸਮਾਰਟ ਰਾਸ਼ਨ ਕਾਰਡ, ਸਪੈਸ਼ਲ ਰਾਸ਼ਨ ਕਾਰਡ ਜਾਂ ਵਾਈਟ ਰਾਸ਼ਨ ਕਾਰਡ? ਤੋ ਆਂਸਰ ਤਾਂ ਦੇ ਤਾ ਆਂਸਰ, ਬੜਿਆਂ ਨੇ ਦੇ ਤਾ ਆਂਸਰ, ਆਂਸਰ ਕੀ ਆ ਰਿਹਾ ਜੀ? ਬੀ ਸਮਾਰਟ ਰਾਸ਼ਨ ਕਾਰਡ, ਸਹੀ ਹੈ ਸਮਾਰਟ ਰਾਸ਼ਨ ਕਾਰਡ ਜਿਹੜਾ ਆਪਣਾ, ਬਿਲਕੁਲ ਬੀ ਬੀ ਬਿਲਕੁਲ ਸਹੀ ਆਂਸਰ ਹੈ ਜੀ, ਬੀ ਆਪਸ਼ਨ ਬਿਲਕੁਲ ਕਰੈਕਟ ਹੈ, ਜਮਾਂ ਹੀ ਕਰੈਕਟ ਹੈ। ਸਮਾਰਟ ਰਾਸ਼ਨ ਕਾਰਡ ਆ, ਹੁਣ ਨੀਲੇ ਰਾਸ਼ਨ ਕਾਰਡ ਜਿਹੜੇ ਉਹ ਤੁਹਾਡੇ ਨਹੀਂ ਲੱਗਣੇ ਹੁਣ ਆਪਣੇ ਸਮਾਰਟ। ਅੱਛਾ ਆਵਾਜ਼ ਤਾਂ ਨਹੀਂ ਸੀ ਮੇਰੀ, ਘੱਟ ਹੈ ਜੀ ਮਾਈਕ, ਉੱਥੇ ਰਹਿ ਗਿਆ ਸੀ ਆਵਾਜ਼, ਜਦੋਂ ਘੱਟ ਹੋਏ ਦੱਸ ਦਿਆ ਕਰੋ ਜੀ, ਆਵਾਜ਼ ਘੱਟ ਆ ਰਹੀ ਹੈ, ਠੀਕ ਹੈ। ਬਾਦਲ ਦੇ ਬੰਦ ਕਰਤੇ ਆ, ਨੀਲੇ ਬਾਦਲ ਨੇ ਖੋਲ੍ਹੇ, ਇਹਨਾਂ ਨੇ ਸਮਾਰਟ ਖੋਲ੍ਹ ਦਿੱਤੇ। ਸਮਾਰਟ ਦੇ ਵਿੱਚ ਸਮਾਰਟ ਵਧੀਆ ਨੇ, ਦੇਖਦੇ ਹਾਂ ਕਿੱਦਾਂ ਵਧੀਆ। ਠੀਕ ਹੈ ਹੁਣ ਕੈਪਟਨ ਦੇ ਆ ਗਏ, ਠੀਕ ਹੈ ਜੀ, ਆਉਣੀ ਆ ਜਿਹਦੀ ਸਰਕਾਰ ਉਹਦੀ ਚੱਲਣੀ ਆ। ਚਲੋ ਅਗਲਾ ਕੁਐਸਚਨ, ਹਾਓ ਮੈਨੀ ਨੰਬਰਸ, ਹਾਓ ਮੈਨੀ ਆਰ ਦੇਅਰ ਇਨ ਦਾ ਨੰਬਰਸ ਆਫ ਦਾ ਡਿਜਿਟਸ, ਠੀਕ ਹੈ, ਇਨ ਦਾ ਸਮਾਰਟ ਰਾਸ਼ਨ ਕਾਰਡ ਨੰਬਰ। ਸਮਾਰਟ ਕਾਸ਼ਨ ਰਾਸ਼ਨ ਕਾਰਡ ਦੇ ਨੰਬਰ ਦੇ ਵਿੱਚ ਕਿੰਨੇ ਟੋਟਲ ਨੰਬਰ ਨੇ, ਕਿੰਨੇ ਟੋਟਲ ਨੰਬਰ ਨੇ? ਹੁਣ ਤਾਂ ਸਰ ਜੀ ਲੱਗਦਾ ਹੈ ਜਮਾ ਕੰਚ ਹੀ ਬੋਲਦੇ ਹੋ। ਅੱਛਾ ਉਹ ਮਾਈਕ ਉਰੇ ਉੱਧਰ ਰਹਿ ਗਿਆ ਸੀ, ਆਵਾਜ਼ ਆ ਰਹੀ ਨਾ ਤੁਹਾਨੂੰ? ਬਿਲਕੁਲ ਸੈੱਟ ਹੈ ਨਾ, ਲੱਗ ਰਿਹਾ ਨਾ ਕਿ ਆਪਾਂ ਬਿਲਕੁਲ ਲਾਈਵ ਪੜ੍ਹ ਰਹੇ ਹਾਂ, ਬੋਰਡ 'ਤੇ ਹੀ ਪੜ੍ਹ ਰਹੇ ਹਾਂ, ਲੱਗ ਰਿਹਾ ਕਿ ਨਹੀਂ? ਹਾਂ 12 ਆਂਸਰ ਬਿਲਕੁਲ ਕਰੈਕਟ ਹੈ ਜੀ, ਨਾ ਆਂਸਰ 14, ਨਾ ਆਂਸਰ 15, ਨਾ ਆਂਸਰ 10 ਹੈ, ਅਤੇ 12 ਜਿਹੜਾ ਬਿਲਕੁਲ ਸਹੀ ਉੱਤਰ ਹੈ। ਚੱਲ ਗਿਆ ਜੀ, ਪਤਾ ਨਹੀਂ ਤੁੱਕਾ ਲਗਾਇਆ ਕਿ ਨੌਲੇਜ ਆ, 12 ਬਿਲਕੁਲ ਕਰੈਕਟ ਆਂਸਰ ਆ। 12 ਡਿਜਿਟ ਆ ਜਿਹੜੇ, ਨਵਾਂ ਜਿਹੜਾ ਰਾਸ਼ਨ ਕਾਰਡ ਬਣ ਰਿਹਾ ਡਿਜੀਟਲ ਰਾਸ਼ਨ ਕਾਰਡ, ਸਮਾਰਟ ਰਾਸ਼ਨ ਕਾਰਡ, ਡਿਜੀਟਲ ਨਾ ਤੁਸੀਂ ਨਾ ਕਹਿ ਦਈਓ ਕਿਤੇ, ਠੀਕ ਹੈ, ਸਮਾਰਟ ਰਾਸ਼ਨ ਕਾਰਡ ਬਣ ਰਿਹਾ, ਬਟ ਇਹਦੇ ਵਿੱਚ ਸਰਵਿਸਿਜ਼ ਜਿਹੜੀ ਡਿਜੀਟਲ ਨੇ, ਠੀਕ ਹੈ, ਡਿਜੀਟਲ ਸਰਵਿਸਿਜ਼ ਇਹਦੇ ਵਿੱਚ ਮਿਲਣੀਆਂ ਨੇ, ਰਾਸ਼ਨ ਕਾਰਡ ਸਮਾਰਟ ਆ, ਠੀਕ ਹੈ, ਸਰਵਿਸਿਜ਼ ਕਿੱਦਾਂ ਦੀ? ਡਿਜੀਟਲ ਸਰਵਿਸਿਜ਼, ਦੇਖਦੇ ਹਾਂ ਸਾਰੀਆਂ ਚੀਜ਼ਾਂ ਅੱਗੇ ਆਪਾਂ ਹੋਰ MCQ ਕਰਦੇ ਹਾਂ। ਚਲੋ ਜੀ ਆ ਟਾਈਮਰ ਲਓ, ਜਾਂ ਟਾਈਮਰ ਰਹਿ ਜਾਂਦਾ ਆਪਣਾ ਹਰ ਵਾਰੀ, ਚਲੋ ਆ ਟਾਈਮਰ 'ਚ ਕਰੋ ਆਂਸਰ। ਜਿਹੜੀ ਯੂਨੀਕ ID ਦਿੱਤੀ ਹੈ ਨਾ ਜਿਹੜੀ ਰਾਸ਼ਨ ਕਾਰਡ ਦੇ ਵਿੱਚ, ਉਹ PBF ਤੋਂ ਸ਼ੁਰੂ ਆ ਸਾਰਿਆਂ ਦੀ, PBF ਅੱਗੇ 9 ਡਿਜਿਟ ਆ। ਅੱਛਾ ਓਕੇ, ਚਲੋ ਇਹਦਾ ਆਂਸਰ ਕੀ ਆਊਗਾ? ਸਮਾਰਟ ਰਾਸ਼ਨ ਕਾਰਡ ਸਕੀਮ ਇਜ਼ ਬੀਂਗ ਇੰਪਲੀਮੈਂਟਿਡ ਅੰਡਰ ਵਿਚ ਐਕਟ, ਕਿਹੜੇ ਐਕਟ ਦੇ ਅੰਡਰ ਜਿਹੜੀ ਸਮਾਰਟ ਰਾਸ਼ਨ ਕਾਰਡ ਸਕੀਮ ਹੈ ਜਿਹੜੀ ਚਲਾਈ ਜਾ ਰਹੀ ਹੈ? ਬਹੁਤ ਸਾਰੀਆਂ ਕਲਾਸਾਂ ਜਿਹੜੀਆਂ ਮੈਂ ਲਵਾਂਗਾ ਤੁਹਾਡੇ ਨਾਲ, ਬਹੁਤ ਸਾਰੀਆਂ ਗੱਲਾਂ ਕਰਾਂਗੇ, ਬਹੁਤ ਸਾਰੇ ਕੁਐਸਚਨ ਕਰਾਂਗੇ, ਬਹੁਤ ਸਾਰੇ MCQs ਕਰਾਂਗੇ, ਬਹੁਤ ਸਾਰੀ ਥਿਊਰੀ ਵੀ ਕਰਾਂਗੇ, ਐਵਰੀਥਿੰਗ ਸਾਰਾ ਕੁਝ ਕਰਾਂਗੇ।
मैं बार बार कह रहा ताड़ी मेहनत साड़ी मेहनत साढ़े दोवों की मेहनत मिलकर जी पंजाब दे विच जड़ा एक इंटेलीजेंसी है ना होर क्रिएट करूगी। डोलू डोलू बोलू वर्गी सारी ऑप्शन ने। चलो स्मार्ट राशन कार्ड स्कीम इज बीइंग इंप्लीमेंटेड अंडर विच एक्ट, तो सारे जेडे तुसी देख रहे हो ना कन्फ्यूजन करने वाले है, कन्फ्यूज करने वाली सारिया सारे ऑप्शन सारिया कन्फ्यूज करने वाली ने। आंसर सी आ रहा डी आ रहा, ठीक है चलो। पहला है फूड सप्लाई एक्ट 2013, यदा कोई एक्ट होंदा ही नहीं, पहली गल सुन लो फूड सप्लाई एक्ट कोई नहीं है। दूसरी दूसरा अपने को फूड सिक्योरिटी एक्ट 2013 यदा होंदा। तीसरा अपने को फूड एंड पब्लिक डिस्ट्रीब्यूशन एक्ट 2013 यह भी कोई एक्ट नहीं होंदा, यह भी कोई एक्ट नहीं है। फूड एंड सिविल सप्लाईज एंड कंज्यूमर अफेयर एक्ट 2020 2020 फूड सप्लाई में लैके तो कोई एक्ट ही नहीं बनया। तो आंसर की है ये बी ऑप्शन फूड सिक्योरिटी एक्ट 2013 ये अंडर ही जिहड़ियां स्कीमां होंदियां ना वालियां जिहदे विच मुफ्त राशन दिता जांदा आ फूड सिक्योरिटी एक्ट 2013 मनमोहन सिंह की सरकार दे विच इह एक्ट आया सीगा, ठीक है उहदे विच इह सारियां स्कीमां जिहड़ियां दित्तियां जांदियां। तो यह आंसर की है बी ऑप्शन यानी फूड सिक्योरिटी। चलो जी अगले क्वेश्चन से चलते हैं। अगला अपने को क्वेश्चन है एवरी मैंबर ऑफ द फैमिली अंडर द स्मार्ट राशन कार्ड इज एलिजिबल टू गैट डैश के जी ऑफ वीट पर मंथ, हर महीने ये हर महीने कि राशन मिलेगा किन्ने किलो हर एक मैंबर मिलेगा। हाँ जी और किसी का बनया नीला राशन कार्ड हैगा कोई, कई ने तो धक्के भी बनवाए आ ने जायज बनवाया, पिछला जो क्वेश्चन है वह नॉलेज बेस सीगा। अगर तुम्हें पता हो फूड सिक्योरिटी एक्ट 2013 वाले तो तुम्हें पता होना सीगा कि 2013 का फूड सिक्योरिटी एक्ट ही है होर कोई तो इन एक्ट ही नहीं है। हाँ जी अरे लो जी लै लो 10 किलो क्रिएटिव महक तो जी 10 किलो आटा दे के सरकार ने भुख नंग होना है। हाँ जी हरजोत सिंह 10 किलो 10 किलो दो जी ज्यादा ही देता यार 10 किलो आटा तो ज्यादा हो गया, पर मेंबर किया जा रहा है इतने एलिजिबल टू गेट वीट पर मंथ एवरी मेंबर हर एक बंदे नू 5 किलो 5 किलो आंसर है सर एक्स सर्विसमैन हूँ। हाँ जी पता जी मैनू यस स्नेहा भगत बिल्कुल सही उत्तर है 5 किलो पर मैन पर मंथ पर मेंबर 5 किलो आटा मिलना है एक महीने दे विच क्लियर है 5 किलो 5 दिनों च मुक जाता है जिन्हें मैं उही कहना कि बेशक 5 दिनों मुक जाए बेशक तुम एक दिन च क्यों ना खाओ सरकार ने तो 5 किलो ही देना, ठीक है सरकार कहती एक टाइम रोटी खाओ तीनों टाइम ना खाओ। चलो जी अगले क्वेश्चन से चलते हैं। तो आ देखो जी जी स्कीम आने आप जो 5 किलो मिलता पाया पर मंथ का, ठीक है और एक होर चीज़ आप क्वेश्चन चाहते हैं क्वेश्चन के अगे मैं लिखी हुई है हेलो आ जी स्कीम के उत्ते स्कीम के जो आटा मिल रहा है किन्ने रुपए किलो के हिसाब से मिलना इन्नी फ्री च नहीं मिलना सरकार ने पैसे लेने हैं किन्ने पैसे लेने हैं टाइमर कितने ये रे टाइमर टाइम ताडा होने वाला है आंसर देखना दे एक ही बच्चे का आंसर आया टाइम हो गया। हाँ जी किन्ने रुपए किलो सरकार किन्ने रुपए लेगी ताडे कोलों अगर तुम 30 किलो आटा लैके जाओगे 6 महीनों का सरकार को किन्ने रुपए देने पैणगे 2 रुपए किलो 3 रुपए किलो 5 रुपए किलो पर मैंबर मिलनी है 2 रुपए किलो सोच लो यार थोड़ा जहा सोच के बोलो
ਸਾਰਿਆਂ ਦੇ ਆਨਸਰ ਸਾਰਿਆਂ ਨੇ ਰੇਲ ਹੀ ਬੰਨ ਛੱਡੀ 2 ਰੁਪਏ ਕਿਲੋ ਦੀ। ਵਾਹ ਜੀ ਵਾਹ। ਹਰਸ਼ਦੀਪ ਸਿੰਘ ਆਏ ਨੇ ਕਹਿੰਦੇ 3 ਰੁਪਏ ਕਿਲੋ। ਹਾਂਜੀ ਕੀ ਆਨਸਰ ਰਹੇਗਾ, 3 ਰੁਪਏ ਕਿਲੋ ਆਟਾ ਮਿਲੂਗਾ? 3-2, 3-2, 2 ਰੁਪਏ ਕਿਲੋ। ਓਕੇ ਅੱਛਾ, ਇਹ ਵਾਲੀਆਂ 2 ਆਪਸ਼ਨਾਂ ਤਾਂ ਹੈ ਹੀ ਨਹੀਂ ਉੱਤਰ ਦੇ ਵਿੱਚ, ਇਹਨਾਂ ਨੂੰ ਤਾਂ ਬਾਹਰ ਕੱਢ ਦਿਓ, ਹੈ ਨਾ। ਇਹ ਵਾਲੀਆਂ ਦੋਨੋਂ ਆਪਸ਼ਨਸ ਤਾਂ ਹੈ ਹੀ ਨਹੀਂ ਉੱਤਰ ਦੇ ਵਿੱਚ, ਇਹਨਾਂ ਨੂੰ ਤਾਂ ਬਾਹਰ ਕੱਢ ਦਿਓ। 3 ਹੋ ਸਕਦਾ, ਬਿਲਕੁਲ ਜੀ, ਜਿਹੜਾ ਆਨਸਰ ਹੈ ਇਹਦੇ ਵਿੱਚ 3 ਰੁਪਏ ਕਿਲੋ ਆ, 3 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਆਟਾ ਉਹ ਮਿਲੂਗਾ। ਠੀਕ ਹੈ, ਤਾਂ 3 ਰੁਪਏ ਕਿਲੋ, ਕਲੀਅਰ। ਤਾਂ 3 ਰੁਪਏ ਕਿਲੋ ਆਟੇ ਦੇ ਆਟਾ ਜਿਹੜਾ 3 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ, ਕਲੀਅਰ। ਅਗਲੇ ਕੁਸ਼ਚਨ 'ਤੇ ਚਲੀਏ। ਚਲੋ ਜੀ, ਅਗਲਾ ਕੁਸ਼ਚਨ ਆਪਣੇ ਕੋਲ ਇਹ ਆ, ਸਮਾਰਟ ਰਾਸ਼ਨ ਕਾਰਡ ਕੰਟੇਨਸ ਏ ਸਪੈਸ਼ਲ ਟਾਈਪ ਆਫ ਕੋਡ ਪ੍ਰਿੰਟਡ ਔਨ ਦਾ ਬੈਕ ਆਫ ਦਾ ਕਾਰਡ। ਜਿਹੜਾ ਸਮਾਰਟ ਰਾਸ਼ਨ ਕਾਰਡ ਆ ਇਹਦੇ ਵਿੱਚ ਇੱਕ ਸਪੈਸ਼ਲ ਟਾਈਪ ਦਾ ਕੋਡ ਆ ਜਿਹੜਾ ਜੜਿਆ ਹੋਇਆ। ਆ ਕੋਡ ਬਾਰ ਕੋਡ ਆ ਜਾਂ ਮਾਈਕਰ ਕੋਡ ਹੈ ਜਾਂ QR ਕੋਡ ਹੈ ਜਾਂ ਕੋਈ ਹੋਰ ਹੀ ਕੋਈ ਕੋਡ ਆ, ਯਾਨੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਆ। ਹਾਂਜੀ ਦੇਖ ਲੈਂਦੇ ਹਾਂ, ਉਹਦਾ ਆਨਸਰ ਦੇਖ ਲੈਂਦੇ ਹਾਂ। ਠੀਕ ਹੈ, ਇਹਦੇ 'ਤੇ ਆ ਜਾਓ, ਫਿਰ ਦੇਖਦੇ ਹਾਂ, ਡੋਂਟ ਵਰੀ। ਇਹਦਾ ਆਨਸਰ ਦਿਓ ਪਹਿਲਾਂ, ਬਾਰ ਇਹਦੇ 'ਤੇ ਆ ਜਾਓ, ਬਾਰ ਕੋਡ ਆ ਮਾਈਕਰ ਕੋਡ ਆ। ਠੀਕ ਹੈ, ਜਲਦੀ ਜਲਦੀ ਆਨਸਰ ਦਿਓ, ਫਾਸਟ ਆਨਸਰ ਕਰਨਾ। ਹਾਂਜੀ ਕੀ ਆਨਸਰ ਆ ਗਿਆ? ਬਾਰ ਕੋਡ, QR ਕੋਡ, ਬਹੁਤ ਬੱਚੇ ਆਨਸਰ ਦੇ ਰਹੇ ਨੇ, QR ਕੋਡ ਬਹੁਤ ਜ਼ਿਆਦਾ ਆਨਸਰ ਆ ਰਿਹਾ। QR ਕੋਡ ਹੀ ਕਰੈਕਟ ਆਨਸਰ ਹੈ, QR ਕੋਡ ਹੀ। ਅੱਛਾ ਆਪਾਂ ਪਿਛਲੇ ਕੁਸ਼ਚਨ 'ਚ ਇੱਕ ਮਿੰਟ ਫਿਰ ਤੋਂ ਚੱਲਦੇ ਹਾਂ, ਇੱਕ ਸੈਕਿੰਡ ਰੁਕ ਜਾਓ ਯਾਰ। ਪਿਛਲਾ ਕੁਸ਼ਚਨ ਜਿਹੜਾ ਇੱਥੋਂ ਦੀ ਆਪਾਂ ਇਹਨੂੰ ਆਪਾਂ ਹਟਾਉਂਦੇ ਹਾਂ। ਠੀਕ ਹੈ, ਆ ਇੱਥੇ 2 ਕਿਲੋ ਆ। ਠੀਕ ਹੈ, ਇੱਥੇ ਜਿਹੜਾ 2 ਰੁਪਏ ਪਰ ਕੇ ਜੀ ਆ, ਆ ਕੁਸ਼ਚਨ ਨੂੰ ਕਰੈਕਟ ਕਰ ਲਿਓ ਜੀ, 2 ਰੁਪਏ ਪਰ ਕੇ ਜੀ ਇਹਦਾ ਆਨਸਰ ਆਊਗਾ। ਠੀਕ ਹੈ, 2 ਰੁਪਏ ਪਰ ਕਿਲੋ। ਓਕੇ, 2 ਰੁਪਏ ਪਰ ਕਿਲੋ ਇਹਦਾ ਆਨਸਰ ਆ। ਚਲੋ ਜੀ ਅਗਲੇ ਕੁਸ਼ਚਨ 'ਤੇ ਵਾਪਸ ਚੱਲਦੇ ਹਾਂ, 2 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਆਟਾ ਮਿਲੂਗਾ ਉਰੇ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਅੱਛਾ, ਇਹਦੇ ਵਿੱਚ ਆਨਸਰ ਜਿਹੜਾ QR ਕੋਡ ਕਰੈਕਟ ਆਨਸਰ ਹੈ, QR ਕੋਡ ਜਿਹੜੇ ਨਵੇਂ ਰਾਸ਼ਨ ਕਾਰਡ 'ਤੇ QR ਕੋਡ ਆ ਜਿਹੜਾ ਜੜਿਆ ਹੋਊਗਾ। ਠੀਕ ਹੈ, QR ਕੋਡ ਆ ਜਿਹੜਾ ਉਹ ਜੜਿਆ ਹੋਏਗਾ, ਬਿਲਕੁਲ ਜੀ, 2 ਰੁਪਏ ਕਿਲੋ ਆ। ਠੀਕ ਹੈ, ਉਹ ਮੈਂ ਕਰੈਕਟ ਕਰਤਾ, ਉੱਥੇ 3 ਰੁਪਏ ਨਹੀਂ ਹੋਏਗਾ, 2 ਰੁਪਏ ਕਿਲੋ ਹੋਏਗਾ, 2 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਮਿਲਦੀ ਆ। ਠੀਕ ਹੈ, 3 ਰੁਪਏ ਵੀ ਇੱਕ ਚੀਜ਼ ਸੀਗੀ, ਉਹ ਦੱਸਦੇ ਹਾਂ ਕਿਹੜੀ ਚੀਜ਼ ਸੀ, ਉਹ 'ਤੇ ਵੀ ਆਵਾਂਗੇ। ਤਾਂ ਇਹਦਾ ਆਨਸਰ ਕੀ ਆ ਗਿਆ? QR ਕੋਡ, ਕਲੀਅਰ। ਅਗਲੇ ਕੁਸ਼ਚਨ 'ਤੇ ਚਲੀਏ। ਅਗਲਾ ਕੁਸ਼ਚਨ ਆਪਣੇ ਕੋਲ ਆ ਗਿਆ, ਸਮਾਰਟ ਰਾਸ਼ਨ ਕਾਰਡ। ਅੱਛਾ, ਇਹ ਤਾਂ ਹੋ ਗਿਆ ਆਪਣਾ ਕੁਸ਼ਚਨ, ਫਿਰ ਤੋਂ ਆ ਗਿਆ ਇਹ ਕੁਸ਼ਚਨ। ਚਲੋ ਜੀ, ਅੰਡਰ ਆਪਣੀ ਗਾੜੀ ਆਪਣਾ ਰੁਜ਼ਗਾਰ ਯੋਜਨਾ, ਸਟੇਟ ਗੌਰਮੈਂਟ ਹੈਜ਼ ਐਂਟਰਡ ਇੰਟੂ ਐਨ ਐਗਰੀਮੈਂਟ ਵਿਦ ਸਰ, ਪੰਜਾਬ ਸਰਕਾਰ ਨੇ ਕਿਹੜੀ ਕਿਹਦੇ ਨਾਲ ਜਿਹੜਾ ਐਗਰੀਮੈਂਟ ਕੀਤਾ? ਠੀਕ ਹੈ, ਕਿਹੜੀ ਸਰਕਾਰ? ਬਿਲਕੁਲ ਸੂਰਜ ਕਸ਼ਯਪ, ਤੁਸੀਂ ਸਾਰਿਆਂ ਨੇ ਸਹੀ ਕਿਹਾ ਸੀ ਯਾਰ, ਮੈਂ ਮੰਨ ਗਿਆ। ਠੀਕ ਹੈ, 2 ਰੁਪਏ ਕਿਲੋ ਆਟਾ ਹੈ। ਠੀਕ ਹੈ, 2 ਰੁਪਏ ਕਿਲੋ ਆਟਾ ਹੈ, ਬਿਲਕੁਲ ਸਹੀ ਹੈ। ਔਰ ਇਹਦੇ ਵਿੱਚ 5 ਕਿਲੋ ਹਰ ਇੱਕ ਬੰਦੇ ਨੂੰ ਜਿਹੜਾ 5 ਕਿਲੋ ਮਿਲਣਾ, ਇਹ 2 ਇੰਸਟਾਲਮੈਂਟ ਦੇ ਵਿੱਚ ਮਿਲਣਾ, ਯਾਨੀ 6-6 ਮਹੀਨੇ ਬਾਅਦ। ਠੀਕ ਹੈ, 6-6 ਮਹੀਨੇ ਬਾਅਦ ਜਿਹੜਾ 2 ਇੰਸਟਾਲਮੈਂਟ ਦੇ ਵਿੱਚ ਇਸ ਸਕੀਮ ਦੇ ਅੰਡਰ ਜਿਹੜਾ ਆਟਾ ਮਿਲਣਾ। ਹਾਂ, ਇਹ ਕੁਸ਼ਚਨ ਥੋੜ੍ਹਾ ਜਿਹਾ ਪੇਚੀਦਾ ਇਸ ਲਈ ਆ, ਇਹਦੇ ਵਿੱਚ ਉਬਰ ਵੀ ਆ, ਓਲਾ ਵੀ ਆ। ਤਾਂ ਸਰਕਾਰ ਦਾ ਜਦੋਂ ਇਹ ਕੁਸ਼ਚਨ ਬਣਾਇਆ ਗਿਆ ਸੀ ਉਦੋਂ ਦੀ ਮੈਂ ਗੱਲ ਕਰਦੇ ਹਾਂ, ਸਾਰਿਆਂ ਨੂੰ ਪਹਿਲਾਂ ਜਿਹੜੀ ਉਬਰ ਨਾਲ ਗੱਲਬਾਤ ਹੋਈ ਸੀ। ਠੀਕ ਹੈ, ਸਾਰਿਆਂ ਨਾਲੋਂ ਪਹਿਲਾਂ ਜਿਹੜੀ ਉਬਰ ਨਾਲ ਗੱਲਬਾਤ ਹੋਈ ਸੀ, ਯਾਨੀ ਉਬਰ ਨਾਲ ਐਗਰੀਮੈਂਟ ਦੇ ਵਿੱਚ ਸਰਕਾਰ ਆਈ ਸੀ।
ਉਹਦੇ ਬਾਅਦ ਹੁਣ ਆਪਾਂ ਦੇਖੀਏ ਤੇ ਓਲਾ ਵੀ ਜਿਹੜੀ ਆ ਗਈ ਹੋਈ ਹੈ, ਪਰ ਆਪਾਂ ਜਿਹੜੀ ਐਗਰੀਮੈਂਟ ਦੀ ਗੱਲ ਕਰੀਏ, ਐਗਰੀਮੈਂਟ ਹੱਲੇ ਜਿਹੜਾ ਫਾਈਨਲਾਈਜ਼ਡ ਹੋਇਆ ਉਬਰ ਨਾਲ ਹੋਇਆ ਪਿਆ, ਠੀਕ ਹੈ। ਉਬਰ ਨੇ ਹੀ ਜਿਹੜੀ ਆਪਣੀ ਟੋਟਲ ਇਹਦੇ ਇਸ ਇਹਦੇ ਵਿੱਚ ਆਪਾਂ ਦੇਖਾਂਗੇ, ਪੰਜਾਬ ਸਰਕਾਰ ਨੇ ਟੋਟਲ 600 ਫੇਸ 1 ਦੇ ਵਿੱਚ 600 ਟੈਕਸੀਜ਼ ਹੈ ਜਿਹੜੀਆਂ ਉਹ ਲੋਨ ਕਰਨੀਆਂ, 600 ਟੈਕਸੀਜ਼ ਉਹਨਾਂ ਮੁੰਡਿਆਂ ਨੂੰ ਦੇਣੀ ਹੈ ਜਿਹੜੇ ਨੇ ਬੇਰੁਜ਼ਗਾਰ ਨੇ। ਇਹਦੇ ਵਿੱਚ ਲਿਮਿਟੇਸ਼ਨ ਵੀ ਹੈ, ਏਜ ਦੀ ਲਿਮਿਟੇਸ਼ਨ ਵੀ ਹੈਗੀ ਆ, 45 ਸਾਲ ਤੋਂ ਜਿਹੜਾ ਕੋਈ ਉੱਤੇ ਆ ਉਹਨੂੰ ਜਿਹੜੀ ਟੈਕਸੀ ਦੀ ਨਹੀਂ ਮਿਲਣੀ, ਔਰ 21 ਸਾਲ ਤੋਂ ਥੱਲੇ ਨਹੀਂ ਮਿਲਣੀ, ਯਾਨੀ 21 ਤੋਂ 45 ਤੱਕ ਦੀ ਏਜ ਹੋਣੀ ਚਾਹੀਦੀ ਹੈ, ਠੀਕ ਹੈ। ਹਾਂਜੀ, ਇਹਦਾ ਆਨਸਰ ਆਪਣੇ ਕੋਲ ਕੀ ਹੈ, ਦੈਟ ਇਜ਼ ਦਾ ਉਬਰ, ਕਲੀਅਰ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਗਲਾ ਕੁਐਸਚਨ ਆਪਣੇ ਕੋਲ ਹੈਗਾ, ਵਾਟ ਇਜ਼ ਦਾ ਪਰਸੈਂਟੇਜ ਆਫ ਦਾ ਟੋਟਲ ਵਹੀਕਲਸ ਲੋਨਸ, ਵਹੀਕਲਸ ਕੋਸਟ ਆਫ ਯੈਸ ਆਏਗਾ, ਠੀਕ ਹੈ, ਟੋਟਲ ਵਹੀਕਲਸ ਲੋਨਸ ਦੈਟ ਹੈਵ ਬੀਨ ਰਿਜ਼ਰਵਡ ਫੋਰ ਦਾ ਐਪਲੀਕੈਂਟਸ ਫੋਰ ਦਾ ਸ਼ਡਿਊਲ ਕਾਸਟ। ਤੋ ਜਿਹੜਾ ਇਹਦੇ ਵਿੱਚ ਰਿਜ਼ਰਵੇਸ਼ਨ ਕੀਤੀ ਗਈ ਹੈ ਸ਼ਡਿਊਲ ਕਾਸਟ ਵਾਸਤੇ, ਇੱਕ ਕੋਟਾ ਜਿਹੜਾ ਸੁਨਿਸ਼ਚਿਤ ਕੀਤਾ ਗਿਆ, ਠੀਕ ਹੈ। ਉਹ ਟਰੱਕ ਲਈ ਥੋੜ੍ਹੀ ਹੈ ਇਹ, ਜਿਹੜਾ ਹੈਵੀ ਲਾਇਸੈਂਸ ਚਾਹੀਦਾ, ਸਿੰਪਲੀ ਲਾਇਸੈਂਸ ਚਾਹੀਦਾ, ਠੀਕ ਹੈ। ਟਰੱਕ ਨਹੀਂ ਦੇਣੇ ਸਰਕਾਰ ਨੇ, ਟੈਕਸੀਆਂ ਦੇਣੀਆਂ ਨੇ, ਠੀਕ ਹੈ। ਉਹੀ ਕਾਰ ਵਾਲਾ ਲਾਇਸੈਂਸ ਹੀ ਚਾਹੀਦਾ ਇਹਦੇ ਵਿੱਚ, ਹੈਵੀ ਦੀ ਲੋੜ ਨਹੀਂ ਹੈਗੀ, ਠੀਕ ਹੈ। ਕੁਐਸਚਨ ਤੇ ਆਉਂਦੇ ਹਾਂ, ਤੇ ਇਹਦੇ ਵਿੱਚ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੀ, ਸੁਪਰੀਮ ਕੋਰਟ ਆ ਗਿਆ, ਸਰਕਾਰ ਨੇ ਸ਼ਡਿਊਲ ਕਾਸਟ ਨੂੰ ਜਿਹੜਾ ਇੱਕ ਕੋਟਾ ਅਸਾਈਨ ਕੀਤਾ, ਰਿਜ਼ਰਵ ਕੀਤਾ, ਕਿੰਨੇ ਪਰਸੈਂਟ ਕੋਟਾ ਜਿਹੜਾ ਉਹ ਜਿਹੜੇ ਵਹੀਕਲ, ਜਿਵੇਂ ਕਿ 600 ਵਹੀਕਲ ਦੇਣਾ ਹੈ ਨਾ, ਸਰਕਾਰ ਦਾ ਫੇਸ 1 ਦੇ ਵਿੱਚ 600 ਜਿਹੜੀਆਂ ਟੈਕਸੀਆਂ ਜਿਹੜੀਆਂ ਉਹ ਯੂਥ ਨੂੰ ਦੇਣਗੀਆਂ ਜਿਹੜੇ ਕਿ ਬੇਰੁਜ਼ਗਾਰ ਨੇ। 600 ਦੇ ਵਿੱਚੋਂ 30% ਟੈਕਸੀਆਂ ਜਿਹੜੀਆਂ, 30% ਕਿੰਨੀਆਂ ਬਣ ਗਈਆਂ, 10% ਦੀ ਵੈਲਿਊ 600 ਆ ਗਈ, 30% ਦੀ ਵੈਲਿਊ ਕਿੰਨੀ ਆ ਗਈ, 3 ਨਾਲ ਮਲਟੀਪਲਾਈ ਕਰ ਦਈਏ ਕਿੰਨੀ ਆ ਗਈ, 180। ਤੋਂ 180 ਟੈਕਸੀਆਂ ਕਿਹਦੇ ਵਾਸਤੇ ਨੇ, SC ਵਾਸਤੇ। ਫੇਸ ਪਹਿਲੇ ਦੀ ਗੱਲ ਕਰਾਂ, ਯਾਨੀ 30% ਮੇਰੇ ਕੋਲ ਇੱਥੇ ਕਰੈਕਟ ਆਨਸਰ ਹੈ। ਸਰਕਾਰ ਨੇ ਇਸ ਯੋਜਨਾ ਦੇ ਮੁਤਾਬਕ 30% ਜਿਹੜੀ ਰਿਜ਼ਰਵੇਸ਼ਨ ਰੱਖੀ ਗਈ ਹੈ ਉਹ ਰੱਖੀ ਗਈ ਹੈ SC ਕੈਟਾਗਰੀ ਲਈ, ਯਾਨੀ 30% ਗੱਡੀਆਂ ਜਿਹੜੀਆਂ ਸਿਰਫ SC ਨੂੰ ਹੀ ਮਿਲਣੀਆਂ। ਬਕਾਇਦਾ ਇਹਨਾਂ ਦਾ ਫੋਰਮ ਹੈ ਜਿਹੜਾ ਉਹ ਔਨਲਾਈਨ ਜਿਹੜਾ ਭਰਾਉਂਦਾ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਗਲਾ ਕੁਐਸਚਨ ਆਪਣੇ ਕੋਲ, ਇਹ ਤਾਂ ਹੋ ਗਿਆ ਆਪਣੇ ਕੋਲ, ਹੈ ਨਾ, ਚਲੋ ਦਿਸ ਵਨ, ਵਾਟ ਇਜ਼ ਦਾ ਪਰਸੈਂਟੇਜ ਆਫ ਦਾ ਟੋਟਲ ਕੋਸਟ ਵਿਚ ਇਜ਼ ਟੂ ਬੀ ਬੋਰਨ ਬਾਏ ਦਾ ਅਨਇੰਪਲਾਈਡ ਕੈਂਡੀਡੇਟ ਅੰਡਰ ਆਪਣੀ ਗਾੜੀ ਆਪਣਾ ਰੋਜ਼ਗਾਰ ਯੋਜਨਾ। ਹਾਂਜੀ, ਕੀ ਆਨਸਰ ਆਊਗਾ ਇਹਦੇ ਵਿੱਚ, ਇਸ ਯੋਜਨਾ ਦੇ ਅੰਡਰ, ਇਸ ਯੋਜਨਾ ਦੇ ਅੰਡਰ ਬੰਦੇ ਨੂੰ ਕਿੰਨਾ ਆਪਣੀ ਜੇਬ ਦੇ ਵਿੱਚੋਂ ਖਰਚ ਕਰਨਾ ਪਵੇਗਾ। ਯਾਨੀ ਆਪਾਂ ਸਮਝਦੇ ਹਾਂ ਇਸ ਯੋਜਨਾ ਦੇ ਵਿੱਚ ਹੈ ਕੀ ਆ, ਅਗਰ ਕੋਈ ਪਰਸਨ ਟੈਕਸੀ ਪਾਉਣਾ ਚਾਹੁੰਦਾ ਉਹਨੂੰ ਸਰਕਾਰ ਹੈ ਜਿਹੜੀ ਫਾਈਨਾਂਸ ਕਰਕੇ ਦੇਗੀ, ਫਾਈਨਾਂਸ ਕਰਾ ਕੇ ਦੇਗੀ, ਕਿਸ਼ਤਾਂ ਕਰਾ ਕੇ ਦੇਗੀ, ਔਰ ਈਵਨ ਸਬਸਿਡੀ ਵੀ ਦੇਗੀ, ਠੀਕ ਹੈ। ਬਟ ਉਹਦੇ ਕੋਲ ਆਪਣਾ ਕੁਛ ਚਾਹੀਦਾ, ਪਰਸਨ ਕੋਲ ਆਪਣਾ ਕੁਛ ਚਾਹੀਦਾ, ਥੋੜ੍ਹਾ ਜਿਹਾ ਪੈਸਾ ਉਹਦੇ ਕੋਲ ਹੋਣਾ ਚਾਹੀਦਾ, ਠੀਕ ਹੈ, ਗੱਡੀ ਲੈਣ ਲਈ। ਬਾਕੀ ਜਿਹੜਾ ਫਾਈਨਾਂਸ ਜਿਹੜਾ ਸਰਕਾਰ ਕਰਾ ਕੇ ਦੇਗੀ, ਸਰਕਾਰ ਨੇ ਬੈਂਕਾਂ ਦੀ ਡਿਊਟੀ ਲਗਾ ਦਿੱਤੀ, ਸਰਕਾਰ ਨੇ ਬੈਂਕਾਂ ਦੀ ਡਿਊਟੀ ਲਗਾ ਦਿੱਤੀ। ਹੁਣ ਦੱਸ ਦਿਓ ਜਲਦੀ ਜਲਦੀ ਆਨਸਰ ਕੀ ਆਊਗਾ ਇਹਦੇ ਵਿੱਚ, ਆਪਣਾ। ਜੀ ਬਿਲਕੁਲ ਬਿਲਕੁਲ, ਤੋ 15% ਜਿਹੜੀ ਅਮਾਊਂਟ ਹੈ ਆਪਣੇ ਕੋਲ ਹੋਣੀ ਚਾਹੀਦੀ ਹੈ, 15% ਜਿਹੜਾ ਆਪਣੇ ਕੋਲ, ਬਾਕੀ ਜਿਹੜਾ ਸਰਕਾਰ ਹੈ ਫਾਈਨਾਂਸ ਕਰਵਾ ਕੇ ਦੇਗੀ, ਠੀਕ ਹੈ। ਅਗਲੇ ਕੁਐਸਚਨ 'ਤੇ ਚਲੀਏ। 40% ਤਾਂ ਕਤਈ ਨਹੀਂ ਹੋ ਸਕਦਾ, 40% ਤਾਂ ਹੈ ਹੀ ਨਹੀਂ, 25% ਵੀ ਨਹੀਂ ਹੈ, ਠੀਕ ਹੈ। ਤੋ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਵਿਚ ਵਨ ਆਫ ਦਾ ਫਾਲੋਇੰਗ ਬੈਂਕ ਇਜ਼ ਦਾ ਫਾਈਨਾਂਸਿੰਗ, ਇਜ਼ ਫਾਈਨਾਂਸਿੰਗ ਦਾ ਰਿਮੇਨਿੰਗ ਅਮਾਊਂਟ, ਯਾਨੀ ਸੈਲਫ ਤਾਂ ਲਗਾ ਲਿਆ, ਜਿਹੜਾ ਬਾਕੀ ਪਿੱਛੇ ਪੈਸਾ ਬਚ ਗਿਆ ਉਹਦੇ ਵਾਸਤੇ ਸਰਕਾਰ ਜਿਹੜੀ ਕਿਸ ਬੈਂਕ ਨੂੰ ਕਹਿ ਰਹੀ ਹੈ ਕਿ ਤੁਸੀਂ ਬਾਕੀ ਜਿਹੜਾ ਪ੍ਰੋਜੈਕਟ ਜਿਹੜਾ ਫਾਈਨਾਂਸ ਕਰੋ, ਯਾਨੀ ਬੰਦੇ ਨੂੰ ਗੱਡੀ ਦੇਣੀ ਹੈ ਬਾਕੀ ਜਿਹੜਾ ਫਾਈਨਾਂਸ ਕਰ ਦਿਓ। ਹਾਂਜੀ, ਕੀ ਆਨਸਰ ਆਊਗਾ, ਜਲਦੀ ਆਨਸਰ ਕਰਨਾ, ਫਾਸਟ।
हाँ जी की आया आंसर केड़ा बैंक है PNB आंसर आ रहा है ओके सारे ना पंजाब नेशनल बैंक ही आ रहा आंसर होर कोई आंसर सारे पंजाब नेशनल बैंक ही आंसर दोगे क्या कोई बैंक चेंज भी कर लो हाँ जी सारे PNB आंसर दे दूंगे क्या किसे ने यदा आंसर वोटा नहीं पेंदियां हूँ इन्ना नू किसान मजदूर ओके ओके ਇਹਦੇ ਵਿੱਚ ਆਪਣੇ ਕੋਲ ਸਹੀ ਉੱਤਰ ਕੀ ਹੈ ਦੈਟ ਇਜ਼ ਦਾ ਪੰਜਾਬ ਕੋਆਪਰੇਟਿਵ ਬੈਂਕ ਠੀਕ ਹੈ PNB ਨਹੀਂ ਹੈ ਠੀਕ ਹੈ ਸਕੀਮ ਤੇ ਵਿਸਤਾਰ ਨਾਲ ਵੀ ਚਰਚਾ ਕਰਾਂਗੇ ਤੋਂ ਦਿੱਲੀ ਦੀ ਇੱਕ ਸਕੀਮ ਹੈ ਜਿਹੜੀ ਉਹ ਆਪਾਂ ਵਿਸਤਾਰ ਨਾਲ ਚਰਚਾ ਕਰਿਆ ਕਰਾਂਗੇ ਨਾਲ ਆਪਾਂ MCQ ਕਰਿਆ ਕਰਾਂਗੇ ਠੀਕ ਹੈ SBI ਨਹੀਂ ਆਨਸਰ ਮੈਂ ਦੱਸ ਦਿੱਤਾ ਆਨਸਰ ਪੰਜਾਬ ਕੋਆਪਰੇਟਿਵ ਬੈਂਕ ਇਜ਼ ਦਾ ਰਾਈਟ ਆਨਸਰ ਯਾਨੀ ਪੰਜਾਬ ਕੋਆਪਰੇਟਿਵ ਬੈਂਕ ਯਾਨੀ ਸਰਕਾਰ ਦਾ ਜਿਹੜਾ ਕੋਆਪਰੇਟਿਵ ਬੈਂਕ ਹੈ ਉਹਦੇ ਥਰੂ ਜਿਹੜਾ ਫਾਈਨਾਂਸ ਕਰਵਾਇਆ ਜਾਏਗਾ ਯਾਨੀ ਆਪਾਂ ਗੱਲ ਕਰੀਏ ਜਿਹੜੇ ਪਬਲਿਕ ਸੈਕਟਰ ਬੈਂਕ ਵੱਡੇ ਵੱਡੇ ਪਬਲਿਕ ਸੈਕਟਰ ਬੈਂਕ ਯਾਨੀ ਸਟੇਟ ਬੈਂਕ ਨਹੀਂ ਹੈ ਪੰਜਾਬ ਨੈਸ਼ਨਲ ਬੈਂਕ ਨਹੀਂ ਹੈ ਠੀਕ ਹੈ ਕੈਨਰਾ ਬੈਂਕ ਨਹੀਂ ਹੈ ਸਰ ਕੈਨਰਾ ਬੈਂਕ ਨਹੀਂ ਹੈ ਜੀ ਕੈਨਰਾ ਬੈਂਕ ਪੰਜਾਬ ਕੋਆਪਰੇਟਿਵ ਬੈਂਕ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਇਹਦਾ ਜਿਹੜਾ ਫਾਈਨੈਂਸ਼ੀਅਲ ਪਾਰਟਨਰ ਹੈ ਇਸ ਸਕੀਮ ਦਾ ਯਾਨੀ ਜਿਹੜੇ ਬੰਦੇ ਨੇ ਲੋਨ ਲੈਣਾ ਹੈ ਉਹ ਜਿਹੜੀ ਇਸ ਬੈਂਕ ਤੋਂ ਜਿਹੜਾ ਲੋਨ ਲੈਣਗੇ ਬਿਲਕੁਲ ਜੀ ਵੋਟਾਂ ਵਾਲੇ ਦਿਨ ਰੱਬ ਕਰਾਂ ਮੈਂ ਤਾਂ ਵੋਟਾਂ ਵਾਲੇ ਦਿਨ ਟ੍ਰੇਨਿੰਗ 'ਤੇ ਆਵਾਂ ਓਕੇ ਜੀ ਕਿਉਂ ਵੋਟ ਪਾਉਣਾ ਨਹੀਂ ਚਾਹੁੰਦੇ ਕਿਆ ਨਾ ਵੋਟ ਤਾਂ ਪਾਉਣੀ ਚਾਹੀਦੀ ਹੈ ਚਲੋ ਅਗਲੇ ਕੁਸ਼ਚਨ 'ਤੇ ਚੱਲਦੇ ਹਾਂ ਅਗਲਾ ਕੁਸ਼ਚਨ ਆਪਣੇ ਕੋਲ ਕੁਛ ਇਹ ਆ ਇਹ ਆਪਣੇ ਹਾਈਲਾਈਟਸ ਹੈ ਕੁਸ਼ਚਨ ਨਹੀਂ ਹੈ ਅੱਜ ਦੇ ਆਪਣੇ ਹਾਈਲਾਈਟਸ ਆ ਠੀਕ ਹੈ तो सरकार देखते हैं सरकार की सोच रही है इस स्कीम बारे इस स्कीम के सारे हाईलाइट्स ने 1 लाख टैक्सियां सरकार 1 लाख टैक्सियां ते कमर्शियल व्हीकल है जिहड़े वह 1 साल के जिहड़े वह लोगों को देगी सो दैट वह अपनी रोजी रोटी कमा सकन और जिहड़े ये देगी वह सबसिडाइज्ड रेट होंगे ठीक है सबसिडी सरकार देगी उहदे विच ਕੋਆਪਰੇਟਿਵ ਵਾਲੇ ਕੋਆਪਰੇਟਿਵ ਦੇਖੋ ਕੋਆਪਰੇਟਿਵ ਵਾਲੇ ਕੋਆਪਰੇਟ ਕਰਨਗੇ ਪਤਾ ਨਹੀਂ ਪੇਪਰ 'ਚ ਤਾਂ ਕੋਆਪਰੇਟ ਕੀਤਾ ਨਹੀਂ ਇੱਥੇ ਪਤਾ ਨਹੀਂ ਤੁਸੀਂ ਸਾਰਿਆਂ ਨੇ ਮੇਲ ਕੀਤੀ ਸੀ ਨਾ ਕਿ ਪੇਪਰ ਲਈ ਕਿ ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਇਰੈਗੂਲੈਰਿਟੀਜ਼ ਦੇਖੀਆਂ ਗਈਆਂ ਉਹਨੂੰ ਲੈ ਕੇ ਮੇਲ ਜ਼ਰੂਰ ਕਰੋ ਸਾਰੇ ਕਲੀਅਰ ਦੂਸਰੀ ਗੱਲ नो कोलेटरल फॉर लोन अगर तुम लोन लै रहे हो तो लोन कोलेटरल का मतलब की होंगे कोलेटरल का मतलब की है कि जो आप लोन लै जाते ना कोई चीज़ है जी रखनी पड़ती है कोई ना चीज़ उत्थे जमा कराने कोलेटरल यानी जिमें कुछ रजिस्ट्री के सिर पर लोन लै लेंगे ने है ना कुछ FD के सिर पर लै लेंगे कुछ गहने के सिर पर लै लेंगे ने कोई भी कोलेटरल नहीं देने पैना तो नो कोलेटरल फॉर द लोनस ठीक है लोन की जी रीपेमेंट है किन्नी देर दे विच जानी है लोन किन्ने साल आपने रखना वा यदा टाइम पीरियड की है 5 साल का रीपेमेंट पीरियड और इस योजना के अंडर जोड़ा सारे नो ज़्यादा टैक्सियां 400 टैक्सियां जड़िया वह रोपड़ कलस्टर रोपड़ मोहाली आ जोड़ा कलस्टर है ना इनू प्रोवाइड करवाई गई हाँ नो सिक्योरिटी फॉर लोन कोलेटरल मतलब सिक्योरिटी ही कह सकते हैं ठीक है क्योंकि सरकार दे रही है सरकार कह रही है तुसी दियो ठीक है नैक्सट आपने टाईअप मैं तुम्हें दस्या सीगा ओला ते उबर दोवां नाल हुण उहदा ऑपरेटर्स दे नाल टाईअप हो गया कि उहनां दी जिहड़ियां टैक्सियां होणगियां उह जिहड़ियां ओला ते उबर दे विच लगणगियां ठीक है तो जिहड़ी टैक्सी वाले सारिआं नूं पहलां जिहड़ी डिटेल जिहड़ी दित्ती गई ना कि किन्नियां टैक्सियां जिहड़ियां पर ईयर जिहड़ी फिजीबिलिटी इस स्कीम दी चैक कीती गई उह उबर ने चैक कीती सी ठीक है उह उबर ने चैक कीती सी फिजीबिलिटी इस स्कीम दी हूँ जो टाईअप है ओला नाल भी है यानी आ दोवें कंपनियों नाल टाईअप आ ठीक है और मैं क्वेश्चन पहला तुहानू सारी कहानी उहदे विच भी समझाई आ उहदे बाद बाई डिस्ट्रिक्ट ठीक है 23वां हले ऐड नहीं होया बाई डिस्ट्रिक्ट दे विच रीकंस्ट्रक्शन ऑफ 22 डिस्ट्रिक्ट ट्रांसपोर्ट ऑफिसिस
22 ਡਿਸਟ੍ਰਿਕਟਸ ਦੇ ਵਿੱਚ ਤਾਂ ਰੀਕਨਸਟਰਕਸ਼ਨ ਹੋਏਗੀ ਟਰਾਂਸਪੋਰਟ ਆਫਿਸਿਸ ਦੇ ਵਿੱਚ। 23 ਡਿਸਟ੍ਰਿਕਟ ਯਾਨੀ ਜਿਹੜਾ ਕਿ ਆਪਣਾ ਕਿਹੜਾ ਮਲੇਰਕੋਟਲਾ, ਮਲੇਰਕੋਟਲਾ ਦੇ ਵਿੱਚ ਜਿਹੜੀ ਡਿਸਟ੍ਰਿਕਟ ਦੇ ਵਿੱਚ ਆਰਟੀ ਆਫਿਸ ਹੈ ਜਿਹੜਾ ਇੱਥੇ ਨਵਾਂ ਜਿਹੜਾ ਟਰਾਂਸਪੋਰਟ ਆਫਿਸ ਆਜੂਗਾ। ਓਕੇ ਨੈਕਸਟ ਕਰਦੇ ਹਾਂ ਓਵਰਹਾਲ ਆਫ 4 ਆਰਟੀਏ ਆਫਿਸਿਸ। ਤਾਂ ਟੋਟਲ ਆਪਣੇ 4 ਜਿਹੜੇ ਆਰਟੀਏ ਆਫਿਸਿਸ ਹੈ ਜਿਹਦੇ ਕੋਲ ਜ਼ਿਆਦਾ ਅਥੋਰਿਟੀ ਹੁੰਦੀ ਹੈ ਉਹ ਕਿੱਥੇ ਕਿੱਥੇ ਨੇ? ਪਟਿਆਲੇ, ਜਲੰਧਰ, ਫਿਰੋਜ਼ਪੁਰ ਅਤੇ ਬਠਿੰਡਾ। ਪਟਿਆਲੇ, ਜਲੰਧਰ, ਫਿਰੋਜ਼ਪੁਰ ਅਤੇ ਬਠਿੰਡਾ, ਇਹਨਾਂ ਨੂੰ ਹੋਰ ਜ਼ਿਆਦਾ ਸੁਧਾਰਿਆ ਜਾਊਗਾ। ਆਟੋ ਵਾਲਾ, ਹਾਂ ਆਟੋ ਵਾਲਾ ਕਿੱਥੋਂ? ਅਰੇ ਇਸ ਯੋਜਨਾ ਦੇ ਵਿੱਚ 3 ਵੀਲਰ ਅਤੇ 4 ਵੀਲਰ ਇਹ ਯੋਜਨਾ ਦੇ ਵਿੱਚ ਦੋਵੇਂ ਚੀਜ਼ਾਂ ਨੇ, 3 ਵੀਲਰ ਅਤੇ 4 ਵੀਲਰ। ਅਗਰ ਕਿਸੇ ਨੇ ਟੈਕਸੀ ਲੈਣੀ ਹੈ ਯਾਨੀ 4 ਵੀਲਰ ਲੈਣਾ ਹੈ ਉਹ ਵੀ ਐਪਲੀਕੇਬਲ ਆ, ਉਹਦੇ ਕੋਲ 15% ਪੈਸਾ ਜਾਂ, ਦੇਖੋ ਦੋ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ, 15% ਪੈਸਾ ਜਾਂ 75,000 ਜਿਹੜੀ ਇਹਦੇ 'ਚੋਂ ਘੱਟ ਹੋਏਗਾ, 15% ਪੈਸਾ ਜਾਂ 75,000 ਆ ਦੋਨਾਂ 'ਚੋਂ ਜਿਹੜੀ ਚੀਜ਼ ਘੱਟ ਹੋਏਗੀ ਨਾ, ਇੱਕ ਜਿਹਨੇ ਬੰਦੇ ਨੇ ਗੱਡੀ ਲੈਣੀ ਹੈ ਯਾਨੀ ਸਕੀਮ ਜਿਹੜਾ ਲੈਣਾ ਚਾਹੁੰਦਾ ਉਹਨੂੰ ਉਹ ਚੀਜ਼ ਪੇ ਕਰਨੀ ਪਏਗੀ। ਅਗਰ 3 ਵੀਲਰ ਲੈ ਕੇ ਜਾਣਾ, ਠੀਕ ਆ, 3 ਵੀਲਰ ਦੀ ਗੱਲ ਕਰੀਏ, ਇਹਦੇ ਵਿੱਚ 15% ਜਾਂ 50,000 ਕਿਉਂਕਿ 3 ਵੀਲਰ ਸਸਤੇ ਹੁੰਦੇ ਨੇ, 15% ਜਾਂ 50,000। ਆਟੋ ਵੀ ਇਹਦੇ ਵਿੱਚ ਹੀ ਕਵਰ ਹੈ, 3 ਵੀਲਰ 4 ਵੀਲਰ ਆ ਸਕੀਮ ਦੋਨਾਂ ਲਈ ਆ, ਠੀਕ ਹੈ। ਆ ਜਿਹੜੀ ਸਕੀਮ ਮੈਂ ਉੱਤੇ ਲਿਖ ਦਿੰਦਾ, ਅੰਡਰ ਆਪਣੀ ਗਾੜੀ ਆਪਣਾ ਰੁਜ਼ਗਾਰ ਯੋਜਨਾ, ਆਪਣੀ ਗਾੜੀ ਆਪਣਾ ਰੁਜ਼ਗਾਰ ਯੋਜਨਾ, ਆਪਣੀ ਗਾੜੀ ਆਪਣਾ ਰੁਜ਼ਗਾਰ ਯੋਜਨਾ। ਆ ਜਿਹੜੀ ਸਕੀਮ ਹੈ ਨਾ ਇਹਦੇ ਅੰਡਰ ਹੀ, ਇਹਦੇ ਅੰਦਰ ਹੀ 2 ਵੀਲਰ ਅਤੇ 4 ਵੀਲਰ ਦੋਨੋਂ ਚੀਜ਼ਾਂ ਕਵਰ ਨੇ। ਅਗਲੇ ਪੁਆਇੰਟ 'ਤੇ ਚੱਲਦੇ ਹਾਂ। ਇਹਦੇ ਵਿੱਚ ਜਿਹੜਾ ਪ੍ਰੋਸੈਸ ਹੈ ਉਹ ਬਿਲਕੁਲ ਟਰਾਂਸਪੇਰੈਂਟ ਹੈ। 600 ਗੱਡੀਆਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਟੈਕਸੀ ਜਿਹੜੀਆਂ 600 ਦੀ ਗੱਲ ਹੋਈ ਹੈ, 600 ਜਿਹੜੀਆਂ ਲਾਉਣੀਆਂ ਨੇ ਔਰ ਇਹਦੇ ਵਾਸਤੇ ਜਿਹੜਾ ਜੋ ਵੀ ਪਰਮਿਟ ਮਿਲਣਾ ਉਹਦੇ ਵਾਸਤੇ ਪੂਰਾ ਪ੍ਰੋਸੈਸ ਹੈ ਜਿਹੜਾ ਪੂਰਾ ਟਰਾਂਸਪੇਰੈਂਟ ਰੱਖਿਆ ਗਿਆ। ਤਾਂ ਟਰਾਂਸਪੇਰੈਂਟ ਪ੍ਰੋਸੈਸ ਹੈ। ਹੁਣ ਇਹਦੇ 'ਤੇ ਕੁਸ਼ਚਨ ਬਹੁਤ ਈਜ਼ਲੀ ਕੁਸ਼ਚਨ ਬਣ ਸਕਦਾ ਪੇਪਰ ਦੇ ਵਿੱਚ, ਸਾਰਥੀ ਪੋਰਟਲ ਕਾਹਦੇ ਵਾਸਤੇ ਹੈ ਅਤੇ ਦੂਸਰਾ ਪੋਰਟਲ ਹੈਗਾ ਆਪਣੇ ਕੋਲ ਵਾਹਨ ਪੋਰਟਲ ਕਾਹਦੇ ਵਾਸਤੇ ਹੈ। ਸਾਰਥੀ ਪੋਰਟਲ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਵਾਸਤੇ ਆ, ਯਾਨੀ ਐਪਲੀਕੈਂਟਸ ਐਪਲੀਕੇਸ਼ਨ ਫੋਰ ਦਾ ਡਰਾਈਵਿੰਗ ਲਾਇਸੈਂਸ ਟੂ ਬੀ ਇਨਵਾਈਟਿਡ ਥਰੂ ਦਾ ਔਨਲਾਈਨ ਪੋਰਟਲ ਦੈਟ ਇਜ਼ ਯੂਅਰ ਸਾਰਥੀ ਪੋਰਟਲ। ਤਾਂ ਸਾਰਥੀ ਪੋਰਟਲ ਤੋਂ ਡਰਾਈਵਿੰਗ ਲਾਇਸੈਂਸ ਅਪਲਾਈ ਹੋਣਾ ਅਤੇ ਵਾਹਨ ਪੋਰਟਲ ਹੈ ਜਿਹੜਾ ਉੱਥੋਂ ਦੀ ਵਹੀਕਲ ਰਜਿਸਟ੍ਰੇਸ਼ਨ ਹੈ ਉਹਦੀ ਔਨਲਾਈਨ ਐਪਲੀਕੇਸ਼ਨ ਹੋਣੀ ਹੈ। ਦੋਵੇਂ ਹੋ ਗਏ, ਕਲੀਅਰ ਹੋ ਗਿਆ ਚੀਜ਼ਾਂ, ਠੀਕ ਹੈ। ਥੋੜ੍ਹਾ ਜਿਹਾ ਰਿਵਿਊ ਲਈਏ, ਹੁਣ ਰਿਵਿਊ ਲਈਏ ਬੈਚ ਬਾਰੇ। ਤੁਹਾਨੂੰ ਮੈਂ ਦੱਸਿਆ ਕਿ ਬੈਚ ਜਿਹੜਾ PSPCL ਦਾ ਬੈਚ ਲਾਈਵ ਹੋ ਗਿਆ ਹੋਇਆ, PSPCL ਦਾ ਬੈਚ ਜਿਹੜਾ ਲਾਈਵ ਹੋ ਗਿਆ ਹੋਇਆ ਔਰ ਤੁਸੀਂ ਕੋਡ ਇੱਥੇ ਤੁਹਾਨੂੰ ਸਕਰੀਨ 'ਤੇ ਦਿਖ ਰਿਹਾ ਹੋਣਾ ਨੀਚੇ ਆ ਚੱਲਦਾ ਆ ਰਿਹਾ ਨਾ ਨੀਚੇ, ਅਤੇ ਕੋਡ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ 354 Y354 ਕੋਡ ਤੁਸੀਂ ਅਪਲਾਈ ਕਰ ਲਓ ਇੱਥੇ, ਠੀਕ ਹੈ Y354। ਆ ਦੇਖੋ ਆ ਕੋਡ ਇੱਥੇ ਆ ਰਿਹਾ ਇਸ ਟਾਈਮ, ਠੀਕ ਹੈ। ਅੱਡਾ 247 ਦੀ ਵੈਬਸਾਈਟ 'ਤੇ ਜਾਣਾ ਹੈ ਔਰ ਕੋਡ ਨੂੰ ਯੂਜ਼ ਕਰਨਾ Y354 ਔਰ ਆਪਣਾ ਤੁਸੀਂ ਬੈਚ ਜਿਹੜਾ ਉਹਨੂੰ ਪਰਚੇਸ ਕਰ ਲੈਣਾ, ਠੀਕ ਹੈ, ਕਲੀਅਰ। ਤਾਂ ਇਹ ਅੱਜ ਦੀਆਂ ਸਕੀਮਾਂ ਸੀਗੀਆਂ, ਇੱਕ ਵਾਰੀ ਛੋਟੀ ਜਿਹੀ ਰਿਵੀਜ਼ਨ ਮਾਰਦੇ ਇਹਨਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਆਪਾਂ ਸਟਾਰਟ ਤੋਂ ਕਿੱਥੋਂ ਗਏ ਸੀ। ਸਾਰਿਆਂ ਨਾਲੋਂ ਪਹਿਲਾਂ ਆਪਣਾ ਸੀਗਾ ਕਿ ਜਿਹੜੀ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਉਹਦੇ ਤੋਂ ਕੁਸ਼ਚਨ ਕਰਨੇ ਸ਼ੁਰੂ ਕੀਤੇ ਸੀ। ਇਹ ਵੂਮੈਨ ਹੈਡਿਡ ਵਾਸਤੇ ਸਕੀਮ ਆ, ਯਾਨੀ ਜਿਸ ਫੈਮਿਲੀ ਦੇ ਵਿੱਚ ਹੈੱਡ ਵੂਮੈਨ ਹੋਏ। ਸਕੀਮ ਦੀਆਂ ਕੁਛ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਇਹਦੇ ਨਾਲ ਇਸ ਸਕੀਮ ਦੇ ਅੰਡਰ
8 लाख फैमिलीज़ नूं जिहड़ा कवर किया जाएगा, 8 लाख जिहड़े परिवार है इस स्कीम दे अंडर कवर किए जाएंगे। ओके, तो पहला क्वेश्चन अपना यह सीगा। दूसरा, इहदे जिहड़ी वूमन हैडिड है उहदा हसबेंड उहदे नाल नहीं होना चाहिए। और वूमन हैडिड की आप गल करिए तो ये वह औरतां जिहड़ियां डाइवोर्सड है या जिन्हां दे हसबेंड की डैथ हो चुकी है, यानी जिहड़ियां कि विडो ने, या जिहड़ियां डिजर्टिड वूमेनस ने जिन्हां दा छड छड़ा होया हुंदा, वह सारियां एप्लीकेबल आ। बट एक जिहड़ी जिहड़ी लिमिटेशन वह हैगी है कि फैमिली दे विच हैड है जिहड़ी वह वूमेन है जिहड़ी वह होनी चाहिए है, ठीक है, वड्डी वूमेन होनी चाहिए है। तो असीं तां अगर विआह वाला चक्कर वेखीए, अगर विआह हो रख्या हसबेंड नाल है फिर वह वूमेन हैड की कैटेगरी नहीं आती, ठीक है। नवी वैकेंसीज बारे दस रहा मैं, इहनू माड़ा जिहा जरा गो थ्रू कर लो। कोटा सिस्टम की है, 33% जिहड़ा कोटा है सरकारी नौकरियां दे विच, ते 50% कोटा पंचायतां ते अर्बन लोकल बॉडीज़ दे विच औरतां नूं दिता गया। इस स्कीम दे अंडर यानी तृप्ता महिला योजना दे अंडर जिहड़ा ट्रेनिंग, एजुकेशन, इक्वल ओपरचुनिटी, आ चीज़ां सारियां प्रोवाइड करवाईआं जाणगीआं। इहदे नाल नाल उहनां नूं इंपावर किया जाएगा सो दैट दे कैन टेक देयर डिसीजनस बाय देमसेल्वस, ठीक है। नैक्सट, महिला योजना केड़ी, इहदे विच तुहानूं दस दित्ता एप्लीकेबल आ सारियां, सारे जिहड़े एप्लीकेबल ने, ठीक है। मोस्टली इहदे विच बच्चे नूं कन्फ्यूजन हो सकती है कि अनमैरिड वूमेन हैडिड ऑफ द फैमिली, तो अनमैरिड वूमेन हैडिड ऑफ द फैमिली ये भी एप्लीकेबल आ, सिर्फ हैडिड होनी चाहिए है। अनमैरिड वूमेन जिहड़ी है आलसो इज एप्लीकेबल, जरूरी नहीं है, ठीक है, कि विआह होया होए हसबेंड नाल नहीं होना चाहिए, ये जरूरी है। स्मार्ट राशन कार्ड, ये 12 अक्षर होंगे ने, 12 डिजिट होंगे ने, और जिहड़ा UID नंबर है दा, यानी एक यूनीक आइडेंटिफिकेशन जिहड़ा नंबर ये दिता गया, ठीक है, वह PBF तो शुरू होंगे, PBF तो लैके 9 डिजिट अगे जिहड़े हैगे ने वह जिहड़े न्यूमेरिकल ने, ठीक है, यानी अल्फा न्यूमेरिकल डिजिट ने, ये क्लीयर 12 अक्षर ने ये, ठीक है। नैक्सट आप पॉइंट से चलते हैं। नैक्सट अपने को पॉइंट है ये स्मार्ट राशन कार्ड जिहड़ी स्कीम है, यह फूड सिक्योरिटी एक्ट 2013 के अंडर यदि इंप्लीमेंटेशन हुई है। तो आर्टिकल एक्ट जिहड़ा 2013 याद रखना आपने। उसके बाद मैंबर, हर एक मैंबर 5 किलो जिहड़ा आटा वह मिलेगा। यह दाल आटा स्कीम दे वाला ही प्रोजेक्ट है जिहदे विच स्मार्ट राशन कार्ड मिल गया, ठीक है। तो 5 किलो आटा हर एक मैंबर मिलना है। नैक्सट अपने को भा की होएगा, वह रेट की होएगा, 2 रुपए किलो प्रति के जी, 2 रुपए किलो प्रति किलो, 2 रुपए प्रति किलो जिहड़ा उन्होंने मिलेगा कि राशन मिलेगा, राशन की प्राइस की है 2 रुपए किलो पर के जी, ठीक है। नैक्सट आप चलते हैं। नैक्सट आप जी चीज़ कवर की है QR कोड है जिहड़ा राशन कार्ड के उत्ते छपया होएगा, और QR कोड के सारा डाटा होएगा। दूसरा, ये आधार सीडिंग होएगी, इस स्कीम के नाल आधार सीडिंग होएगी। पहला की हुंदा सीगा कि लोग जिहड़े ना बार बार जिहड़े राशन कार्ड से जिहड़ा डुप्लीकेसी बहुत ज़्यादा हो रही थी, यानी एक बार राशन लिया तो वह फिर तो जिहड़े राशन लै लेंदे हुंदे सी, वह जिहड़ा 2 नंबर वाला सिस्टम है ना वह खत्म हो जूगा हुण, ठीक है। तो जिन्हें एक बार राशन लै लिया उहदे बाद वह दोबारा नहीं लै पाएगा, क्योंकि इहदे विच काफ़ी अथेंटिक डाटा जिहड़ा जिहड़ा होगा, इहदे विच अंगूठे वगैरह भी लगने आ, ठीक है, फिर ही तुहानूं राशन मिलना, थंब इंप्रैशन फिंगरस वगैरह लग के तुहानूं जिहड़ा राशन मिलना, क्लीयर। अगे चलते हैं, ठीक है। अपनी गाड़ी अपनी योजना स्कीम है, ओला तो उबर दोवां नाल टाई आपां, जिहड़ी पहला जिहड़ा स्टार्ट कीता सी उबर नाल होया सीगा। अगले पॉइंट ते आने हैं। अगला जिहड़ा अपना क्वेश्चन बनता है कि 30% जिहड़े लोन है इहदे विच उह जिहड़े रिजर्व किए गए फॉर द SC कैटेगरी, और इस स्कीम दे विच जिहड़ा कैंडीडेट है जिहड़ा अनइंप्लॉयड यूथ है वह 15% जिहड़ा उहनूं अपने कोलों पाउणा पवेगा। अगर तां गल करिए टैक्सी की, या तो 15% या 75,000 रुपये किहदी गल है, 4-व्हीलर की, ठीक है, 4-व्हीलर ली। अगर 3-व्हीलर की गल करिए चाहिए 50,000 रुपया, या जिन्ना भी जिन्हें का भी ऑटो होएगा वह 15%, ठीक है, आ 3-व्हीलर ली आ गया, ठीक है, आ दो चीज़ें क्लीयर क्लीयर है, 75,000 या 15%। सपोज करो गड्डी लै रहा कोई लगा लो कोई 10 लाख की गड्डी लै रहा, ठीक है, 10 लाख की गड्डी लै रहा,
ਤੇ ਉਹਦੇ ਵਿੱਚ ਫਿਰ ਕੀ ਆ ਬੰਦੇ ਨੂੰ ਹੁਣ 10 ਲੱਖ ਦੀ ਗੱਡੀ ਟੈਕਸੀ ਲਈ ਲੈ ਰਿਹਾ ਤੇ ਬੰਦੇ ਨੂੰ ਜਿਹੜਾ 15% ਵੈਲਿਊ ਜਾਂ 75,000 ਉਹ ਆਪਣੇ ਕੋਲੋਂ ਪਾਉਣਾ ਪਊਗਾ ਔਰ 5 ਸਾਲ ਦੇ ਵਿੱਚ ਇਹ ਲੋਨ ਆ ਜਿਹੜਾ ਕਵਰ ਵੀ ਕਰਨਾ ਠੀਕ ਹੈ 5 ਸਾਲ ਦੇ ਵਿੱਚ ਇਹ ਲੋਨ ਹੈ ਕਵਰ ਵੀ ਕਰਨਾ ਕਲੀਅਰ ਬੈਂਕ ਕਿਹੜਾ ਇਹਦੇ ਵਿੱਚ ਫਾਈਨੈਂਸ਼ੀਅਲ ਪਾਰਟਨਰ ਕੌਣ ਹੈ ਬੈਂਕ ਹੈਗਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਇਹਦੇ ਵਿੱਚ ਫਾਈਨੈਂਸ਼ੀਅਲ ਪਾਰਟਨਰ ਹੈ ਅਗਲੇ ਪੁਆਇੰਟ 'ਤੇ ਆਉਂਦੇ ਹਾਂ ਇਹ ਸਾਰੀ ਆਪਾਂ ਡਿਸਕਸ਼ਨ ਕੀਤੀ ਹੈ ਇਹਦੇ 'ਚ ਸਾਰਥੀ ਪੋਰਟਲ ਅਤੇ ਵਾਹਨ ਪੋਰਟਲ ਦੋਵੇਂ ਬੜੇ ਇੰਪੋਰਟੈਂਟ ਹੈ ਆਹ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਇੰਪੋਰਟੈਂਟ ਹੈ ਕਿਉਂਕਿ ਲਾਇਸੈਂਸ ਬਣਾਉਣਾ ਜਾਂ ਵਹੀਕਲ ਦੀ ਰਜਿਸਟ੍ਰੇਸ਼ਨ ਕਰਨੀ ਇਹ ਆਪਣੀ ਵਾਹਨ ਪੋਰਟਲ ਤੋਂ ਹੋਏਗੀ ਉਹਦੇ ਬਾਅਦ 1 ਲੱਖ ਟੈਕਸੀ ਹੈ ਜਿਹੜੀ 1 ਸਾਲ ਦੇ ਵਿੱਚ ਕਰਨ ਦਾ ਹੈ ਕੋਈ ਕੋਲੇਟਰਲ ਨਹੀਂ ਚਾਹੀਦੀ ਕੋਈ ਵੀ ਸਿਕਿਉਰਿਟੀ ਨਹੀਂ ਚਾਹੀਦੀ ਲੋਨ ਲਈ ਔਰ 5 ਸਾਲ ਦੀ ਇਹਦੇ ਵਿੱਚ ਪੇਮੈਂਟ ਹੋਣੀ ਚਾਹੀਦੀ ਹੈ 12 ਡਿਸਟ੍ਰਿਕਟ ਦੇ ਵਿੱਚ ਜਿਹੜੇ ਆਰਟੀ ਆਫਿਸ ਹੈ ਉਹਨਾਂ ਉਹਦੀ ਰੀਕੰਸਟਰਕਸ਼ਨ ਕੀਤੀ ਜਾ ਰਹੀ ਹੈ ਠੀਕ ਹੈ ਚਲੋ ਜੀ ਆ ਸੀਗਾ ਅੱਜ ਦਾ ਸੈਸ਼ਨ ਅੱਛਾ ਪੁੱਛੋ ਪੁੱਛੋ ਕੀ ਪੁੱਛਣਾ ਚਾਹੁੰਦੇ ਜੀ ਦਸ ਲੱਖ ਦਾ ਸਮਝਿਆ ਨਹੀਂ ਮੈਂ ਤੁਹਾਡੀ ਗੱਲ 10 ਲੱਖ ਦੀ ਗੱਡੀ ਲਈ ਹਾਂ 1.5 ਲੱਖ ਹੋ ਗਿਆ ਹਾਂ 1.5 ਲੱਖ ਹੋ ਗਿਆ 15% ਹਾਂਜੀ ਅੱਗੇ ਕੀ ਕਹਿਣਾ ਚਾਹੁੰਦੇ ਹੋ ਬੰਦੇ ਨੂੰ 75,000 ਦੇਣਾ ਪਊਗਾ ਹੁਣ ਜਲਦੀ ਇਨਫੋਰਮੇਸ਼ਨ ਜਿਹੜੀ ਹੈ ਸਾਰਿਆਂ ਨਾਲ ਸ਼ੇਅਰ ਕਰ ਦਿਓ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਵੈਕੈਂਸੀਆਂ ਬਹੁਤ ਸਾਰੀਆਂ ਵੈਕੈਂਸੀਆਂ ਜਿਹੜੀਆਂ ਕਿ ਬਹੁਤ ਜਲਦ ਆ ਸਕਦੀਆਂ ਨੇ ਔਰ ਕਾਫੀ ਵੈਕੈਂਸੀਆਂ ਜਿਹੜੀਆਂ ਆ ਵੀ ਰਹੀਆਂ ਨੇ ਤੁਸੀਂ ਦੇਖਿਆ ਹੁਣੀ ਕੱਲ੍ਹ ਜਾਂ ਪਰਸੋਂ 9 ਤਰੀਕ ਨੂੰ ਜਿਹੜੀਆਂ SI ਦੇ ਕੋਂਸਟੇਬਲ ਦੀ ਵੈਕੈਂਸੀ ਫਿਰ ਤੋਂ ਆਊਟ ਹੋ ਗਈ ਔਰ ਸਰਕਾਰ ਨੇ ਆਪਣੇ ਇਲੈਕਸ਼ਨਾਂ ਦਾ ਟਾਈਮ ਹੈ ਇਹ ਜਾਣ ਤੋਂ ਪਹਿਲਾਂ ਸਾਰੀ ਵੈਕੈਂਸੀ ਜਿਹੜੀਆਂ ਕਲੀਅਰ ਕਰਕੇ ਜਾਣੀਆਂ ਜ਼ਿਆਦਾ ਤੋਂ ਜ਼ਿਆਦਾ ਵੈਕੈਂਸੀਆਂ ਜਿਹੜੀਆਂ ਕਰਕੇ ਜਾਣੀਆਂ ਠੀਕ ਹੈ ਤਾਂ ਸਾਰੀਆਂ ਸਕੀਮਾਂ ਕਰਾਂਗੇ ਹਾਲੇ ਤਾਂ ਅੱਜ ਇੱਕੋ ਕਲਾਸ ਲੱਗੀ ਸਕੀਮਾਂ ਦੀ ਕੱਲ੍ਹ ਫਿਰ ਲਗਾਵਾਂਗੇ ਡੋਂਟ ਵਰੀ ਠੀਕ ਹੈ ਡੋਂਟ ਵੀ ਵਰੀਡ ਠੀਕ ਹੈ ਥੈਂਕਸ ਸਰ ਫੋਰ ਵੰਡਰਫੁਲ ਸੈਸ਼ਨ ਥੈਂਕ ਯੂ ਥੈਂਕਸ ਅਲੋਟ ਹਰਮਨ ਢਿੱਲੋਂ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਔਰ ਤੁਸੀਂ ਸਾਰੇ ਜੁੜੇ ਰਹੋ ਪੰਜਾਬ ਅੱਡਾ 247 ਦੇ ਨਾਲ ਔਰ ਜਲਦੀ ਜਲਦੀ ਸੈਸ਼ਨ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰ ਲਿਆ ਕਰੋ ਔਰ ਸਾਰੇ ਲੈਕਚਰ ਦੇਖਿਆ ਕਰੋ ਸਵੇਰੇ 9 ਵਜੇ ਜਿਹੜੀ ਕਲਾਸ ਸ਼ੁਰੂ ਹੁੰਦੀ ਹੈ ਮੇਰੀ ਜਿਹਦੇ ਵਿੱਚ ਮੈਂ ਲੈ ਰਿਹਾ ਮੈਥ ਉਹਦੇ ਬਾਅਦ 10 ਵਜੇ ਜਿਹੜੀ ਕਲਾਸ ਸ਼ੁਰੂ ਹੁੰਦੀ ਹੈ ਉਹ ਵੀ ਮੇਰੀ ਉਹਦੇ ਵਿੱਚ ਮੈਂ ਕੀ ਲੈ ਰਿਹਾ ਦੈਟ ਇਜ਼ ਦਾ ਪੰਜਾਬ GK ਪੰਜਾਬ ਦੀਆਂ ਸਕੀਮਾਂ ਫਿਰ ਲੈਂਗੁਏਜ ਇਹ ਸਾਰਾ ਕੁਛ ਜਿਹੜਾ ਉਹਦੇ ਵਿੱਚ ਕਰਵਾ ਰਿਹਾ ਠੀਕ ਹੈ ਬਹੁਤ ਜਲਦ ਮੈਰਾਥਨ ਵੀ ਲਗਾਵਾਂਗਾ ਡੋਂਟ ਵਰੀ ਕੋਂਸਟੇਬਲ ਦੇ ਪੇਪਰ ਤੋਂ ਪਹਿਲਾਂ ਲਗਾਵਾਂਗਾ ਠੀਕ ਹੈ ਉਹਦੇ ਬਾਅਦ ਆ ਗਿਆ ਆਪਣੇ ਕੋਲ ਉਹਦੇ ਬਾਅਦ ਜਿਹੜੀਆਂ ਕਲਾਸਾਂ ਸ਼ੁਰੂ ਹੁੰਦੀਆਂ ਗਗਨ ਸਰ ਦੀਆਂ ਕਲਾਸਾਂ ਆ ਗਈਆਂ ਸ਼ਾਮ ਨੂੰ ਜਿਹੜੀਆਂ ਰਿਸ਼ੀ ਸਰ ਦੀਆਂ ਕਲਾਸਾਂ ਸ਼ੁਰੂ ਹੁੰਦੀਆਂ ਅਕਸ਼ਿਤਾ ਮੈਮ ਦੀ ਕਲਾਸ ਹੁੰਦੀ ਹੈ ਜਿਸ 'ਚ ਉਹ ਕੰਪੀਟੀਟਿਵ ਇੰਗਲਿਸ਼ ਕਰਵਾ ਰਹੇ ਨੇ ਠੀਕ ਹੈ ਤਾਂ ਸਾਰੀਆਂ ਕਲਾਸਾਂ ਚੱਲ ਰਹੀਆਂ ਔਰ ਸਾਰੀਆਂ ਕਲਾਸਾਂ ਜਿਹੜੀਆਂ ਉਹਨੂੰ ਅਟੈਂਡ ਕਰੋ ਹਾਂ ਅਗਰ ਤੁਸੀਂ ਚਾਹੁੰਦੇ ਹੋ ਕੁਛ ਐਕਸਟਰਾ ਕੁਛ ਤੁਹਾਨੂੰ ਕੁਛ ਚਾਹੀਦਾ ਅਗਰ ਕੋਈ ਟੌਪਿਕ ਤੁਹਾਡਾ ਵੀਕ ਹੈ ਤੁਸੀਂ ਇੱਕ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਪੋਸਟ ਕਰ ਦਿਆ ਕਰੋ ਹੈ ਸਾਰੇ ਕਮੈਂਟ ਸੈਕਸ਼ਨ ਦੇ ਵਿੱਚ ਪੋਸਟ ਕਰ ਦਿਓ ਕਿ ਇਹਦੇ 'ਤੇ ਵੀਡੀਓ ਚਾਹੀਦੀ ਹੈ ਤੋ ਆਈ ਵਿਲ ਪ੍ਰਿਪੇਅਰ ਅ ਵੀਡੀਓ ਫੋਰ ਯੂ ਔਨ ਦੈਟ ਟੋਪਿਕ ਮੈਂ ਤੁਹਾਡੀ ਉਹਦੇ 'ਤੇ ਪ੍ਰਿਪੇਅਰ ਕਰਕੇ ਅਤੇ ਲੈਕਚਰ ਜਿਹੜਾ ਡਿਲੀਵਰ ਕਰ ਦਾਂਗੇ ਘਰ ਬੈਠੇ ਤਿਆਰੀ ਕਰੋ ਔਰ ਜਿਹੜੀ ਯੂਟਿਊਬ 'ਤੇ ਫ੍ਰੀ ਤੋਂ ਤਿਆਰੀ ਕਰੋ ਅਗਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਉਹ ਬੈਚ ਵੀ ਲੈ ਸਕਦੇ ਹੋ ਉਹ ਵੀ ਇੱਕ ਹਿਸਾਬ ਨਾਲ ਫ੍ਰੀ ਦਾ ਬੈਚ ਹੈ ਯਾਰ 1 ਸਾਲ ਦੀ ਵੈਲਿਡਿਟੀ ਮਿਲ ਜਾਂਦੀ ਬੈਚ ਦੇ ਵਿੱਚ 6 ਮਹੀਨੇ ਦੀ ਘੱਟੋ ਘੱਟ ਹੁੰਦੀ ਹੈ ਜਿਵੇਂ ਕਿ ਮਹਾਂਪੈਕ ਦੇ ਵਿੱਚ ਤਾਂ 2 ਸਾਲ ਦੀ ਵੈਲਿਡਿਟੀ ਹੈ 2 ਸਾਲ ਦੇ ਵਿੱਚ ਆਉਣ ਵਾਲੀਆਂ ਜਿੰਨੇ ਵੀ ਬੈਚ ਹੋਣਗੇ ਮਹਾਂਪੈਕ ਦੇ ਉਹ ਸਾਰੇ ਬੈਚ ਤੁਹਾਨੂੰ ਉਹਦੇ ਵਿੱਚ ਮਿਲਣਗੇ ਔਰ ਜਿਹੜੇ ਨਿਕਲ ਗਏ ਉਹ ਵੀ ਉਹਦੇ ਵਿੱਚ ਐਡ ਹੋਣਗੇ ਤਾਂ ਉਹਦੀ ਫੀਸ ਆਈ ਥਿੰਕ ਤੁਸੀਂ ਕੋਡ ਲਗਾਉਣਾ Y354 ਕੋਈ 3200 ਰੁਪਏ ਦਾ ਪੈ ਰਿਹਾ ਕੋਈ ਖਾਸ ਮਹਿੰਗਾ ਨਹੀਂ ਹੈਗਾ ਅਗਰ ਆਫਲਾਈਨ ਕੋਚਿੰਗ ਦੇਖੀਏ ਔਰ 2 ਸਾਲ ਤੱਕ ਤਾਂ ਕੋਈ ਵੀ ਇੰਨਾ ਪੜ੍ਹਾਉਂਦਾ ਨਹੀਂ ਠੀਕ ਹੈ ਔਰ ਸਾਰਿਆਂ ਨਾਲ ਵੱਡੀ ਗੱਲ ਹੈ ਟੀਚਰਸ ਤੁਹਾਡੇ ਨਾਲ ਕਨੈਕਟਿਡ ਰਹਿੰਦੇ ਨੇ ਔਰ ਆਪਣੇ ਡਾਊਟਸ ਜਿਹੜੇ ਟੀਚਰਸ ਨਾਲ ਪੁੱਛ ਸਕਦੇ ਨੇ ਔਰ ਆਪਣੀਆਂ ਜਿਹੜੇ ਡਾਊਟਸ ਜਿਹੜੇ ਹੈਗੇ ਆ ਉਹ ਟੀਚਰਸ ਨੂੰ ਭੇਜ ਦਿਓ ਅਤੇ ਟੀਚਰਸ ਆ ਜਿਹੜੇ ਤੁਹਾਡੇ ਡਾਊਟਸ 'ਤੇ ਜਿਹੜੀ ਆ ਵੀਡੀਓ ਵੀ ਜਿਹੜੀ ਬਣਾ ਕੇ ਉਹ ਡਿਲੀਵਰ ਕਰ ਦੇਣਗੇ ਵੀਡੀਓ ਔਨ TCS GK ਪੈਟਰਨ ਵਿੱਚ ਨੋ ਵਨ ਇਜ਼ ਦੇਖੋ ਜੀ TCS ਦਾ ਪੈਟਰਨ ਬਾਰੇ ਥੋੜ੍ਹੀ ਜਿਹੀ ਮੈਂ ਗੱਲਾਂ ਦੱਸ ਦੇਵਾਂ TCS ਦਾ ਪੈਟਰਨ ਹੈ ਜਿਹੜਾ ਉਹਨੇ ਪੰਜਾਬ ਦਾ ਡਾਟਾ ਹੁਣੀ ਅਪਡੇਟ ਕੀਤਾ TCS ਜਦੋਂ ਪਹਿਲਾਂ ਪੇਪਰ ਲੈਂਦੀ ਸੀ ਉਦੋਂ ਉਹਦੇ ਕੋਲ ਪੰਜਾਬ ਦਾ ਡਾਟਾ ਇੰਨਾ ਜ਼ਿਆਦਾ ਅਪਡੇਟਿਡ ਨਹੀਂ ਸੀਗਾ TCS ਨੇ ਬੜਾ ਲਿਮਿਟਿਡ ਜਿਹਾ ਡਾਟਾ ਪੰਜਾਬ ਦਾ ਜਿਹੜਾ ਅਪਡੇਟ ਕੀਤਾ ਇਸ ਕਰਕੇ ਪੰਜਾਬ ਦੇ ਕੁਐਸਚਨ ਬੜੇ ਲਿਮਿਟਿਡ ਜੇ ਆ ਰਹੇ ਨੇ ਠੀਕ ਹੈ ਦੂਸਰੀ ਗੱਲ TCS ਦਾ ਜਿਹੜਾ ਪੈਟਰਨ ਹੈ ਨਾ ਜਿਹੜਾ ਉਹ ਅਪਡੇਟ ਬਹੁਤ ਜਲਦੀ ਔਰ ਬਹੁਤ ਛੇਤੀ ਹੁੰਦਾ ਠੀਕ ਹੈ ਸੰਭਾਵਨਾ ਇਹ ਵੀ ਹੈ ਜਿਹੜਾ TCS ਦਾ ਅਗਲਾ ਪੇਪਰ ਆਉਣਾ ਉਹਦੇ ਵਿੱਚ ਤੁਹਾਨੂੰ ਓਲੰਪਿਕ ਦੇ ਵਿੱਚੋਂ ਕੁਐਸਚਨ ਆ ਜਾਣੇ ਠੀਕ ਹੈ
ओलंपिक चो भावे क्वेश्चन आ जाए तो TCS का डाटा बहुत जल्दी अपडेट होंगे तो TCS के डाटे इंपोर्टेंट चीज़ा रहा जिमें कि फैसटिवल्स बहुत ज़्यादा इंपोर्टेंट रहते हैं करंट इवेंट्स बहुत ज़्यादा इंपोर्टेंट रहते हैं परसनस इन न्यूज़ बहुत ज़्यादा इंपोर्टेंट रहते हैं प्लेसिज इन न्यूज़ बहुत ज़्यादा इंपोर्टेंट रहा ने उहदे नाल नाल मैथ का तो पता ही है तुहानू मैथ का जिहड़ा ये लैवल 1 के क्वेश्चन सारे आ रहे हैं बड़े ईजी क्वेश्चन आ रहे हैं और सारा जिहड़ा SI का पेपर है जिहड़ा वह मैं तुहाडे नाल डिस्कस कर रहा अज्ज अद्धा कर लिया अद्धा आपां गल करांगे सर टाइम की है टाइम मेरा सवेरे 9 बजे का और बाद 10 बजे GK का टाइम और सवेरे 9 बजे मेरा मैथ का टाइम ठीक है तो मिलते हैं चकदो फट्टे कर लो तैयारी और सरकारी नौकरी की हुणी आ वारी ठीक है तो यही थीम नाल जिहड़ी आपां अपनी तैयारी जिहड़ी है खिच के करनी है तो कंडा खिच के तैयारी करनी है पूरा ठीक है चलो जी ओके जी धन्यवाद बहुत बहुत धन्यवाद कल फिर मिलते हैं कल दे लैक्चर दे विच आपां मैथ दे क्वेश्चन करांगे और जिहड़ी जिहड़े स्कीम्स वाला चैप्टर नूं कंटिन्यू करांगे हिस्टरी दे जिहड़ा अपना कॉन्स्टेबल दा पेपर होया सीगा उहदे विचों हिस्टरी चों एक क्वेश्चन आया सी ठीक है करो एक बार गो थ्रू पर क्वेश्चन बड़े कॉमन आ रहे हैं ज़्यादा गो थ्रू करो जिहड़ियां नवीं स्कीम्स आई जिवें कि तुसीं पेपर दे रहे हो पुलिस महकमे तुहानूं पता पेपर है अमेंडमेंट सारियां पढ़ के जाओ ਕਿਹੜੀਆਂ ਨਵੀਆਂ ਅਮੈਂਡਮੈਂਟਸ ਹੋਈਆਂ ਪੋਕਸੋ ਐਕਟ ਹੈ ਜਿਹੜਾ ਉਹ ਪੜ੍ਹ ਕੇ ਜਾਓ ਠੀਕ ਹੈ ਜਿਹੜੀ ਚਾਈਲਡ ਲਾਜ ਜਿਹੜੇ ਹੈਗੇ ਨੇ ਲੇਬਰ ਐਕਟ ਹੈ ਜਿਹੜਾ ਉਹਨਾਂ 'ਤੇ ਪੜ੍ਹ ਕੇ ਜਾਓ ਠੀਕ ਹੈ ਨਵੇਂ ਪੋਰਟਲ ਜਿਹੜੇ ਆਏ ਆ ਉਹ ਪੜ੍ਹ ਕੇ ਜਾਓ ਇਹ ਚੀਜ਼ਾਂ 'ਤੇ ਜ਼ਿਆਦਾ ਫੋਕਸ ਕਰੋ ਇਹ ਚੀਜ਼ਾਂ 'ਤੇ ਜ਼ਿਆਦਾ ਫੋਕਸ ਕਰੋ ਔਰ ਕਰੰਟ ਅਫੇਅਰ ਜਿਹੜੇ ਬੱਚਿਆਂ ਨੇ ਤਾਂ ਮੇਰਾ ਪੇਡ ਬੈਚ ਲਗਾਇਆ ਹੋਇਆ ਉਹਨਾਂ ਨੂੰ ਮੈਂ ਇੱਕ ਕਰੰਟ ਅਫੇਅਰ ਦੀ PDF ਵੀ ਦਿੱਤੀ ਹੈ ਔਰ ਕਲਾਸ ਦੇ ਵਿੱਚ ਵੀ ਸਾਰੇ ਕਰੰਟ ਅਫੇਅਰ ਡਿਸਕਸ ਕੀਤੇ ਆ ਜਿਹਦੇ ਵਿੱਚ ਮੈਂ 2020 ਅਗਸਤ ਤੋਂ ਲੈ ਕੇ 2021 ਤੱਕ ਦੇ ਟੋਪ 500 ਜਿਹੜੇ ਵਨ ਲਾਈਨਰ ਆ ਤੁਹਾਡੇ ਨਾਲ ਕੰਸਲਟ ਕੀਤੇ ਆ ਔਰ ਬੱਚਿਆਂ ਨੇ ਦੇਖਿਆ ਵੀ ਆ ਕਿ ਆ ਜਿਹੜੇ ਰੀਸੈਂਟ ਪੇਪਰ ਹੋ ਰਹੇ ਨੇ ਉਹਦੇ ਵਿੱਚੋਂ ਬੜੇ ਕੁਸ਼ਚਨ ਆਏ ਹੋਏ ਆ ਪਟਵਾਰੀ ਦਾ 100% ਜਿਹੜਾ ਪੇਪਰ ਉਹਦੇ ਵਿੱਚੋਂ ਆਇਆ ਹੋਇਆ ਸੀ ਟਾਈਮ ਮੇਰਾ ਤਾਂ ਜੀ ਚੇਂਜ ਨਹੀਂ ਹੋ ਸਕਦਾ ਹੁਣ ਟਾਈਮ ਤਾਂ ਇਹੀ ਆ ਡਟੇ ਹਾਂ ਆਪਾਂ ਤਾਂ ਉਰੇ ਹੁਣ ਤੁਸੀਂ ਵੀ ਡਟ ਜਾਓ ਯਾਰ ਡਟ ਕੇ ਤਿਆਰੀ ਕਰੋ ਠੀਕ ਹੈ ਚਲੋ ਚੱਕ ਦਿਓ ਫਟੇ ਜੀ ਮਿਲਦੇ ਹਾਂ ਕੱਲ੍ਹ ਤੋਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਕੱਲ੍ਹ ਫਿਰ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ